2017 ਤੋਂ ਕੈਪਟਨ ਦੀ ਸਰਕਾਰ ਸੀਗੀ 4 ਸਾਲ 4.5 ਸਾਲ ਕੋਈ ਤੁਸੀਂ ਉਸ ਟਾਈਮ ਤੇ ਵਿਕਾਸ ਕਰ ਪਾਏ ਕਿ ਉਸ ਟਾਈਮ ਵੀ 2002 ਦੇ ਸੱਤਰ ਵਿੱਚ ਕੈਪਟਨ ਨੇ ਰੋਕ ਲਿਆ ਸੀ ਤੇ ਹੁਣ ਵੀ ਕੈਪਟਨ ਦੇ ਹੱਥ ਬੰਨੇ ਹੋਏ ਸੀ ਜਾਂ ਹੁਣ ਬਦਲੀਆਂ ਦੀ ਤੁਹਾਨੂੰ ਪਾਵਰ ਸੀਗੀ ਆ 4.5 ਸਾਲਾਂ ਚ ਜਿਵੇਂ ਹਰਿਆਣੇ ਚੋ ਚਟਾਲਾ ਜੀ ਰਹੇ ਸੀ ਚੀਫ ਮਿਨਿਸਟਰ 27 30 ਪਿੰਟ ਪੈਂਦੇ ਹਰਿਆਣਵੀ ਨਾਲ ਬੋਲੀ ਵਾਲੇ ਸਾਰਿਆਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੂਰਾ ਜ਼ੋਰ ਲਾਇਆ ਨੇ ਜੋ ਕੁਝ ਵੀ ਮੈਂ ਕਹਿੰਦਾ ਹੈ ਉਹ ਇਹਨਾਂ ਨੇ ਪ੍ਰਮਿੰਦਰ ਢੀਂਟ ਸਾਇਸ ਵੱਲ ਲੈਂਦਾ ਕਿ ਪੱਠਲ ਨੇ ਪੈਸਾ ਨਹੀਂ ਕਮਾਇਆ ਤੇ ਕੋਲ ਪੈਸਾ ਹੈ ਨਹੀਂਗਾ ਤੇ ਪੈਸੇ ਵਾਲਾ ਬੰਦਾ ਸਿੱਟੋ ਨਾਲ ਦਾ ਨਮਾ ਚਿਹਰਾ ਸਿੱਟੋ 35 40 ਸਾਲ ਦੇ ਬੱਚਿਆਂ ਤੱਕ ਆਪਣੀ ਆਵਾਜ਼ ਕਿੱਦਾਂ ਪਹੁੰਚਾਓਗੇ ਤੁਹਾਨੂੰ ਤਾਂ ਤੁਹਾਨੂੰ ਲੱਗਦਾ ਪ੍ਰਚਾਰ ਕਰਨਾ ਪਊਗਾ ਲੱਗਦਾ ਕਿਤੇ 2002 ਤੱਕ ਤੁਸੀਂ ਮੰਤਰੀ ਬਣ ਗਏ ਸੀਗੇ ਤੁਸੀਂ ਉਦੋਂ ਵਿਕਾਸ ਕਰ ਦਿੰਦੇ ਸਾਡੇ ਨਾਲ ਡੀਲ ਕੀਤਾ ਗਿਆ ਕਿਵੇਂ ਚਬੜਾਸਿਆਂ ਤੱਕ ਵੀ ਇਸ ਬਦਲੀਆਂ ਨਹੀਂ ਕਰ ਸਕਦੇ ਸੀ ਕਿ ਮੈਂ ਕੁਝ ਵੱਡੇ ਫੈਸਲੇ ਉਹ ਕਰਵਾ ਸਕੀ ਜਿਹੜੇ ਅੱਜ ਤੱਕ ਕਦੇ ਕੋਈ ਕਰਾ ਨਹੀਂ ਸਕਿਆ ਚਾਹੇ ਉਹ ਕਾਲੀ ਦਲ ਦੀ ਸਰਕਾਰ ਦੇ ਐਮ.ਐਲ.ਏ ਸੀਗੇ 93 ਤੱਕ ਇਹੀ ਹਾਲਾਤ ਰਹੇ ਫਿਰ ਤੁਸੀਂ 96 ਵਿੱਚ ਮੁੱਖ ਮੰਤਰੀ ਬਣਦੇ ਹੋ ਹਾਂਜੀ 96 ਦੇ ਵਿੱਚ ਮੈਂ 83 ਦਿਨਾਂ ਲਈ ਮੁੱਖ ਮੰਤਰੀ ਬਣੀ ਆ ਲੇਕਿਨ ਉਸ 83 ਦਿਨਾਂ ਦੇ ਵਿੱਚ ਮੈਂ ਇੰਪੋਰਟੈਂਟ ਫੈਸਲੇ ਲਏ ਸੀਗੇ 52 ਵਾਲ ਆ ਰਹੀ ਨੂੰ ਕਹ ਰਹੇ ਨੇ ਕਿ ਇਹ ਨਕਲੀ ਕੇਜਰੀਵਾਲ ਪੰਜਾਬ ਨੂੰ ਘੁਮ ਰਿਹਾ ਕੀ ਚਰਨ ਇਹ ਸੱਚਾ ਕਹਿ ਰਹੇ ਹਨ ਜਿਹੜਾ ਆ ਰਿਹਾ ਪੰਜਾਬ ਚ ਕੇਜਰੀਵਾਲ ਦਿੱਲੀ ਤੋਂ ਡਕਲੀ ਹੋਈ ਹੈ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਸਰਗਰਮ ਹੋ ਗਈ ਹੈ ਸਭ ਤੋਂ ਪਹਿਲੇ ਗੱਲ ਕਰੀਏ ਤਾਂ ਮੁੱਖ ਮੰਤਰੀ ਜਿਹੜੇ ਚਿਹਰੇ ਹੁੰਦੇ ਨੇ ਜਾਂ ਮੁੱਖ ਮੰਤਰੀ ਰਹਿ ਚੁੱਕੇ ਨੇ ਸਵਾਲ ਉਹਨਾਂ ਤੇ ਵੀ ਖੜੇ ਹੁੰਦੇ ਨੇ ਕਿ ਉਹਨਾਂ ਨੇ ਆਪਣੇ ਵੇਲੇ ਜਦੋਂ ਮੁੱਖ ਮੰਤਰੀ ਰਹੇ ਜਾਂ ਅੱਜ ਹੈਗੇ ਨੇ ਕਿੰਨਾ ਵਿਕਾਸ ਕੀਤਾ ਹੈ ਗੱਲ ਕਰੀਏ ਲਹਿਰਾ ਗਾਗਾ ਦੀ ਰਜਿੰਦਰ ਕੌਰ ਭੱਠਲ ਜਿਹੜੇ ਨੇ ਉੱਥੇ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਉਸ ਤੋਂ ਬਾਅਦ ਇਹ ਸਵਾਲ ਵਿਰੋਧੀ ਵੀ ਚੱਕਦੇ ਨੇ ਕਿ ਲਹਿਰਾ ਗਾਗਾ ਦਾ ਅੱਜ ਤੱਕ ਵਿਕਾਸ ਨਹੀਂ ਹੋਇਆ ਮੈਡਮ ਤੁਹਾਡਾ ਸਮਰ نیوز ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਮੈਡਮ ਇਹ ਸਵਾਲ ਉੱਠਦੇ ਨੇ ਕਿ ਅਗਰ ਲਹਿਰਾ ਗਾਗਾ ਦੀ ਗੱਲ ਕਰੀਏ ਸਵਾਲ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ ਕਿ ਅੱਜ ਤੱਕ ਉਹਦਾ ਵਿਕਾਸ ਕਿਉਂ ਨਹੀਂ ਹੋ ਪਾਇਆ ਪਹਿਲੀ ਗੱਲ ਤਾਂ ਲੈਰਾ ਗੱਗਾ ਦੀ ਸਾਨੂੰ ਜੀਓਗ੍ਰਾਫਿਕਲੀ ਸਿਚੁਏਸ਼ਨ ਜਰੂਰ ਸਭ ਨੂੰ ਸਮਝਣੀ ਪਾਉਗੀ ਇਹ ਕੰਸਟਿਟੂਐਂਸੀ ਬਾਕੀ ਹਰੇਕ ਹੰਚ ਕੰਸਟਿਟੂਐਂਸੀ ਨਾਲ ਮਿਲਦੀ ਜੁਲਦੀ ਨਹੀਂ ਹੈ ਇਹ ਕੰਸਟਿਟੂਐਂਸੀ ਹਰਿਆਣੇ ਦੇ ਬਾਰਡਰ ਤੇ ਹੈ ਸਾਡੇ 12 ਹਲਕੇ ਜਿਹੜੇ ਹਰਿਆਣੇ ਨਾਲ ਨਾਲ ਲੱਗਦੇ ਆ ਕਿਸੇ ਦੋ ਪਿੰਡ ਕਿਸੇ ਚਾਰ ਪਿੰਡ ਲੇਕਿਨ ਇਹ ਲੈਰਾ ਗੱਗਾ ਕੰਸਟਿਟੂਐਂਸੀ ਦੇ ਹਰਿਆਣੇ ਦੇ ਤਿੰਨਾ ਬਾਰਡਰਾਂ ਦੇ ਵਿੱਚ ਵਸਦੀ ਹੈ ਇਧਰ ਵੀ ਹਰਿਆਣਾ ਦੂਜੀ ਇਥੋਂ ਕਿ ਇਹ ਜਿਹੜਾ ਹਲਕਾ ਸੀਗਾ ਇਹ ਕਟੜ ਕਾਲੀਦਲ ਦਾ ਗਿੜਿਆਂ ਜਾਂਦਾ ਹੈ ਅੱਜ ਤੱਕ ਵੀ ਰੀਜ਼ਨਿੰਗ ਇਸ ਦੀ ਹੈਗੀ ਕਿ ਸਾਡੇ ਨਾਲ ਹੀ ਪਿੰਡ ਗਦੜਿਆਣੀ ਜੋ ਸੰਤਰਚੰਦ ਸਿੰਘ ਲੋਂਗੋਵਾਲ ਦਾ ਪਿੰਡ ਹੈ ਉਹ ਨਾਲ ਪੈਂਦਾ ਕੁਝ 2-4 ਕਿਲੋਮੀਟਰ ਤੇ ਉਥੋਂ ਸੰਤਰਚੰਦ ਸਿੰਘ ਜੀ ਲੋਂਗੋਵਾਲ ਕਾਲੀਦਲ ਦੀ ਮਹਾਨ ਹਸਤੀ ਰਾਜੀਵ ਜੀ ਨਾਲ ਅਕਾਊਡ ਹੋਇਆ ਉਥੋਂ ਇਲੈਕਸ਼ਨ ਲੜਦੇ ਰਹੇ ਜਿੱਤਦੇ ਰਹੇ ਲਗਾਤਾਰ ਉਹਨਾਂ ਤੋਂ ਪਹਿਲਾਂ ਇੱਕ ਵਾਰ ਬਾਊ ਬਿਰਸ਼ਪਾਨ ਜੀ ਜਿਹੜੇ ਪੈਪਸੂ ਦੇ ਚੀਫ ਮਿਨਿਸਟਰ ਰਹੇ ਸੀਗੇ ਉਹ ਮੂਨਕ ਦੇ ਸੀ ਲੇਰਾ ਗੱਗ ਵਿੱਚ ਪੈਂਦਾ ਬੂਨਕ ਉਹ ਉਥੋਂ ਇੱਕ ਵਾਰ ਲੈਕਸ਼ ਜਿੱਤੇ ਸੀ ਮੁੜ ਕੇ ਉਹ ਨਹੀਂ ਜਿੱਤ ਸਕਿਆ ਕਾਂਗਰਸ ਹੀ ਕੋਈ ਜਿੱਤੀ ਨਹੀਂ ਸਕਿਆ ਉਥੋਂ ਇਲੈਕਸ਼ਨ ਕਿਉਂਕਿ ਸੰਤਰ ਚੰਦ ਸਿੰਘ ਦਾ ਜੋ ਸਿੱਖਿਜ਼ਮ ਨਾਲ ਜੋ ਹੋਰ ਜੁੜਿਆ ਸਾਡੇ ਲੋਕ ਸਮਝਦੇ ਆ ਤੇ ਉਸ ਕਾਰਨ ਕਰਕੇ ਉਹ ਕਾਲੀ ਦਲ ਦੀ ਕਟੜਨ ਸੀਟ ਗਣੀ ਜਾਂਦੀ ਸੀਗੀ ਲਗਾਤਾਰ ਜਿੱਤਦੇ ਆਏ 85 'ਚ ਜਦੋਂ ਮੈਂ ਦੱਸਿਆ ਕਿ ਸਾਡੇ ਤੇ ਕਾਫੀ ਧਾਰਮਿਕ ਮਾਮਲੇ ਸਾਡੀ ਪਾਰਟੀ ਵੱਲ ਉਂਗਲਾ ਉਠਦਿਆਂ ਸਾਰੀ ਪਾਰਟੀ ਹਾਰ ਗਈ ਸੀ ਸਾਡੀ ਉਸ ਵੇਲੇ 85 'ਚ ਲੇਕਿਨ ਮੈਂ ਪਹਿਲੀ ਵਾਰ ਲੜੀ ਸੀ ਸਭ ਤੋਂ ਘੱਟ ਵੋਟਾਂ ਤੇ ਮੈਂ ਹਾਰੀ ਸੀ ਉਸ ਵੇਲੇ ਉਥੋਂ ਨੌ ਸਪੋਰਟ ਦੇ ਉੱਪਰ ਇੰਦਰਜੀਤ ਸਿੰਘ ਜੀ ਜਿੱਤ ਕੇ ਆਸੀ ਸਿੱਕਾ ਦਾ ਗਿਣਿਆ ਕਰਕੇ ਜੇਜੀ ਪਰਿਵਾਰ ਸੀ ਉਸ ਤਰ੍ਹਾਂ ਦਾ ਜਦੋਂ ਮੈਂ ਉਸ ਹਲਕੇ ਤੋਂ ਜਿੱਤ ਕੇ ਗਈਆਂ ਤੇ ਉਦੋਂ ਮੈਂ ਜਿਹੜਾ ਆਦਰਸ਼ ਦੱਸਿਆ ਕਿ ਇੱਥੇ ਹੈ ਜੀ ਵਾਰੀ ਮੈਡਮ ਕਦੋਂ ਜਿੱਤੇ ਤੁਸੀਂ ਉਤੋਂ ਲਹਿਰਾ ਗਾਗਾ ਤੋਂ ਹਾਂਜੀ ਮੈਂ ਲਹਿਰਾ ਗਾਗਾ ਤੋਂ ਜਿੱਤੀ ਹੈਗੀ 92 ਵਿੱਚ ਪਹਿਲੀ ਵਾਰ 92 ਤੋਂ ਕਿੰਨੀ ਦੇਰ ਤੱਕ ਰਹੇ ਤੁਸੀਂ 92 ਤੋਂ ਮੈਂ ਅੱਜ ਤੱਕ ਉੱਥੇ ਲਹਿਰੀ ਹੈਗੀਆਂ ਮੈਂ ਪੰਜ ਵਾਰ ਮੈਂ ਉੱਥੋਂ ਐਮਐਲਏ ਬਣੀ ਆ ਮੇਰੇ ਤੋਂ ਪਹਿਲਾਂ ਇਸ ਹਲਕੇ ਵਿੱਚ ਮੈਂ ਕਹੇ ਕੈਪਟਨ ਮਨਿੰਦਰ ਸਿੰਘ ਜੋ ਲਹਿਰਾ ਗਾਗਾ ਤੋਂ ਮੈਮ ਤੁਸੀਂ ਪੰਜ ਵਾਰੀ ਐਮਐਲਏ ਬਣੇ ਹਾਂਜੀ ਪੰਜ ਵਾਰ ਮੈਂ ਲਗਾਤਾਰ ਉਥੋਂ ਐਮਐਲਏ ਬਣੀ ਹੈਗੀ ਆ ਲੇਕਿਨ ਸਾਡੇ ਪੰਜ ਵਾਰ ਐਮਐਲਏ ਬਣਨ ਤੋਂ ਬਾਅਦ ਮਨਿਸਟਰ ਮੈਂ ਸਿਰਫ ਇੱਕ ਤਾਂ ਬਦਮੇਚ ਬਣੀ ਸੀ ਉਦੋਂ ਸਾਡਾ ਵਿਕਾਸ ਨਹੀਂ ਉਹ ਤਾਂ ਅਮਨ ਤੇ ਲੋਕਾਂ ਦੀ ਜਾਨਾਂ ਬਚਾਉਣ ਦਾ ਇਸ਼ੂ ਸੀ ਸਾਡੀ ਕਾਂਗਰਸ ਪਾਰਟੀ ਦੇ ਬਿਆਨ ਸਿੰਘ ਜੀ ਮੁੱਖ ਮੰਤਰੀ ਸੀ ਤੇ ਮੈਂ ਵੀ ਉਹਦੇ ਵਿੱਚ ਮੰਤਰੀ ਸੀ ਉਦੋਂ ਸਾਡਾ ਇਸ਼ੂ ਇਹ ਸੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਈਏ ਜਿਹੜਾ ਆਪਣਾ ਆਮਨ ਸ਼ਾਂਤੀ ਲਿਆਈ ਹੈ ਤਬਾਦ ਉਹ ਖਤਮ ਉਸ ਟਾਈਮ ਤੇ ਵਿਕਾਸ ਦੀ ਵੱਲ ਦੌਰ ਨਹੀਂ ਸੀਗਾ ਉਸ ਟਾਈਮ ਸਿਰਫ ਇਹ ਸੀਗਾ ਕਿ ਅੰਤਕਵਾਦ ਜਿਹੜਾ ਉਹ ਖਤਮ ਕੀਤਾ ਜਾਏ ਸਿਰਫ 5000 ਕਰੋੜ ਰੁਪਏ ਸਾਡਾ ਉਹ ਸੀਗਾ ਸਾਰਾ ਜਿਹੜਾ ਉਹ ਤਨਖਾਹਾਂ 'ਚ ਹੀ ਜਾਂਦਾ ਸੀ ਸਿਕਿਉਰਿਟੀ ਫੋਰਸਸ ਦਾ ਹੋਰਾਂ ਹੋਰਾਂ ਦਾ ਵਿਕਾਸ ਲਈ ਤਾਂ ਪੈਸਾ ਹੀ ਨਹੀਂ ਸੀਗਾ ਤੇ ਨਾ ਵਿਕਾਸ ਦੀ ਗੱਲ ਸੀ ਨਾ ਵਿਕਾਸ ਦਾ ਸਮਾਂ ਸੀ ਉਦੋਂ ਤਾਂ ਪੰਜਾਬ ਬਚਾਓ ਪੰਜਾਬ ਦੇ ਵਿੱਚੋਂ ਜਿਹੜਾ ਹਨੇਰਾ ਹੋ ਕੇ ਕਤਲ ਉਹ ਕਰਦਾ ਉਹਨੂੰ ਖਤਮ ਕਰਨਾ ਇਹ ਟਾਸਕ ਤੇ ਫੇਰ ਰੋਟੀ ਸੀ ਜਿਹਦੇ ਵਿੱਚ ਜਾਨਾ ਹਿਲ ਕੇ ਜਿਵੇਂ ਮੈਂ 96 ਤੱਕ ਇਹੀ ਹਾਲਾਤ ਰਹੇ ਫਿਰ ਤੁਸੀਂ 96 ਵਿੱਚ ਮੁੱਖ ਮੰਤਰੀ ਬਣਦੇ ਹੋ ਹਾਂਜੀ 96 ਦੇ ਵਿੱਚ ਮੈਂ 83 ਦੇ ਨਾਲ ਹੀ ਮੁੱਖ ਮੰਤਰੀ ਬਣੀ ਆ ਲੇਕਿਨ ਉਸ 83 ਦਿਨਾਂ ਦੇ ਵਿੱਚ ਮੈਂ ਇੰਪੋਰਟੈਂਟ ਫੈਸਲੇ ਲਏ ਸੀਗੇ 55 ਜਿਹੜੀ ਅਜ ਤੱਕ ਹਿੰਦੁਸਤਾਨ ਦੀ ਕੋਈ ਸਟੇਟ ਨਹੀਂ ਦਿਨਾਂ ਚ ਐਨੇ ਫੈਸਲੇ ਨਹੀਂ ਲੈ ਸਕੇ ਹੋਣੇ ਜਿਹਦੇ ਵਿੱਚ ਸੱਤ ਫੈਸਲੇ ਸਾਡੇ ਜਿਹੜਾ ਅੱਜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਇਹਦੇ ਨਾਲ ਜੁੜੇ ਹੋਏ ਸੀ ਔਰਤਾਂ ਨਾਲ ਬੱਚਿਆਂ ਨਾਲ ਪਛੜੀਆਂ ਸ਼੍ਰੇਣੀਆਂ ਨਾਲ ਵੱਖਰੇ ਵੱਖਰੇ 52 ਫੈਸਲੇ ਸੀ ਸੱਤੋਂ ਚ ਇੱਕ ਕਿਸਾਨਾਂ ਨਾਲ ਜੁੜੇ ਸੀਗੇ ਅੱਜ ਤੱਕਰ ਕਿਸੇ ਨੇ ਵੀ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਹੋਣੇ ਜਿਹਦੇ ਮੁੱਢਲੇ ਤੌਰ ਤੇ ਕਿਹੜਾ ਸੀਗਾ ਤੁਹਾਨੂੰ ਜਿਹੜਾ ਵਧੀਆ ਫੈਸਲਾ ਲੱਗਦਾ ਜਾਂ ਦੋ ਜਾਂ ਤਿੰਨ ਫੈਸਲੇ ਕਿਉਂਕਿ ਇਹ ਸਿੱਧਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਕਾਰਨ ਵੀ ਇਹ ਹੈ ਸਾਡੀ ਜਦੋਂ ਉੱਥੇ ਲੋਕਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਲਹਿਰਾ ਗਾਗਾ ਦਾ ਅੱਜ ਤੱਕ ਵਿਕਾਸ ਨਹੀਂ ਹੋਇਆ ਸਾਨੂੰ ਮੁੱਖ ਮੰਤਰੀ ਵੀ ਮਿਲ ਗਿਆ ਤਾਂ ਵੀ ਲਹਿਰਾ ਗਾਗਾ ਦਾ ਵਿਕਾਸ ਨਹੀਂ ਹੋਇਆ ਤੇ ਸਵਾਲ ਉਹਨਾਂ ਨੇ ਤੁਹਾਡੇ ਤੇ ਵੀ ਚੱਕੇ ਨੇ ਮੈਂ ਇਹੀ ਕਿਹਾ ਮੁੱਖ ਮੰਤਰੀ ਜਦੋਂ ਮੈਨੂੰ 83 ਦਿਨ ਮਿਲੇ ਆ 83 ਦਿਨਾਂ ਦਾ ਮੁੱਖ ਮੰਤਰੀ ਦਾ ਮੁਕਾਬਲਾ ਤੁਸੀਂ 5 ਸਾਲਾਂ ਵਾਲੇ ਨਾਲ 10 ਸਾਲਾਂ ਵਾਲੇ ਮੁੱਖ ਮੰਤਰੀ ਨਾਲ ਕਰੋਂਗੇ ਤਾ ਜਿਹੜੇ ਫੈਸਲੇ ਮੈਂ ਉਸ ਵਕਤ ਕੀਤੇ 83 ਦਿਨਾਂ ਚ ਇਲੈਕਸ਼ਨ ਆਉਣੀ ਹੈਗੀ ਐ ਮੈਂ ਉੱਥੇ ਮੁੱਖੋ ਜਿਹੜੇ ਤੁਸੀਂ ਕਹ ਇੱਕ ਜਾਂ ਦੋ ਮੈਂ ਵੱਡੇ ਗਣਾ ਮੈਂ ਉਸ ਵਕਤ ਕੀ ਫੈਸਲੇ ਲਏ ਮੈਂ ਸੀਐਮ ਵੇਲੇ ਬਾਕੀ ਡਿਵੈਲਪਮੈਂਟ ਤਾਂ ਹੈ ਹੀ ਨਹੀਂ ਸੀ ਲੇਕਿਨ ਮੈਂ ਪੰਜਾਬ ਵੀ ਪੰਜਾਬ ਸਾਡਾ ਕਿਸਾਨੀ ਸੂਬਾ ਸੀ ਇੱਥੇ ਸੱਤ ਫੈਸਲਿਆਂ ਚੋਂ ਇੱਕ ਤਾਂ 7 ਏਕੜ ਜ਼ਮੀਨ ਤੋਂ ਥੱਲੇ ਵਾਲਿਆਂ ਦੇ ਇਹ ਸੋਚਿਆ ਸੀ ਕਿ ਅਸੀਂ ਪਾਣੀ ਦੇ ਬਿੱਲ ਮਾਫ ਕਰਾਂਗੇ ਦੂਜਾ ਫੈਸਲਾ ਮੈਂ ਲਿਆ ਸੀ ਕਿ ਖੁਦਕਸ਼ੀਆਂ ਬਹੁਤ ਹੁੰਦੀਆਂ ਸਾਡੇ ਇਸ ਏਰੀਆ ਚ ਬਹੁਤ ਹੁੰਦੀਆਂ ਜਿਵੇਂ ਕਿ ਇੱਕੋ ਹੀ ਫਸਲ ਹੁੰਦੀ ਸੀਗੀ ਤੇ ਭੁੱਖੇ ਲੋਕ ਮਰਦੇ ਸੀ ਕੋਈ ਰਿਸ਼ਤੇ ਨਹੀਂ ਸੀ ਕਰਦਾ ਤਾਂ ਉੱਥੇ ਮੈਂ ਕਿਹਾ ਸੀ ਕਿ 5 ਏਕੜ ਤੋਂ ਥੱਲੇ ਵਾਲਿਆਂ ਦੀ ਅਸੀਂ ਜਿਹੜੀ ਬੀਮਾ ਕਰਾਵਾਂਗੇ ਉਹ ਬੀਮਾ 5 ਏਕੜ ਤੋਂ ਥੱਲੇ ਵਾਲਿਆਂ ਦੀ ਉਹਦੀ ਜਿਹੜੀ ਕਿਸ਼ਤਾਂ ਉਹ ਅਸੀਂ ਦੇਵਾਂਗੇ ਸਰਕਾਰ ਦੇਊਗੀ ਗਰੀਬ ਨਹੀਂ ਦੇ ਸਕਦਾ ਇਸੇ ਤਰ੍ਹਾਂ ਜਿਹੜੀ ਜ਼ਮੀਨ ਐਕਵਾਇਰਾਂ ਕੀਤੀ ਜਾਂਦੀਆਂ ਉਹ ਅਸੀਂ ਬਣਾਏ ਸੀਗੇ ਕਿ ਇੰਦਾਂ ਦੀ ਮਰਜ਼ੀ ਇੱਕ ਬੋਰਡ ਬਣਾਵਾਂਗੇ ਐਗਰੀਕਲਚਰ ਬੋਰਡ ਉਹਦੀ ਮਰਜ਼ੀ ਬਿਨਾਂ ਨਹੀਂ ਕੀਤਾ ਜਾ ਸਕੂਗਾ ਉਹ ਜਿਹੜੇ ਕਹਿਣ ਕਿ ਤਾਂ ਉੱਥੇ ਹੋਣਾ ਹੈਗਾ ਜਿੱਥੇ ਕੋਈ ਫਸਲ ਹੁੰਦੀ ਨਹੀਂ ਹੈ ਇਸ ਤਰ੍ਹਾਂ ਦੇ ਛੋਟੇ-ਛੋਟੇ ਰਜਿਸਟਰੀਆਂ ਦਾ ਫ੍ਰੀ ਕਰਾਉਣਾ ਆ ਕਰਨਾ 8-7 ਫੈਸਲੇ ਸੀ ਇੰਪੋਰਟੈਂਟ ਆ ਸੀਗੇ ਜਿਹੜੇ ਮੈਂ ਕੀਤੇ ਮੁੜ ਮੈਂ ਮੀਟਿੰਗ ਕਰ ਰਹੀ ਸੀ ਉਦੋਂ ਮਨਮੋਹਨ ਸਿੰਘ ਜੀ ਸਾਡੇ ਮਨੂਰ ਸਿੰਘ ਜੀ ਗਿੱਲ ਚੌਣ ਕਮਿਸ਼ਨਰ ਸੀ ਜਿਹੜੇ ਬਾਦਲ ਸਾਹਿਬ ਦੇ ਕਾਲੀ ਦਲ ਦੇ ਸੀਐਮ ਵੇਲੇ ਪ੍ਰਿੰਸੀਪਲ ਸੈਕਟਰੀ ਸਿਗੇ ਉਹਨਾਂ ਨੇ ਜਦੋਂ ਮੈਂ ਕਰ ਰਹੀ ਆ ਕਿ ਇੱਕ ਤੋਂ ਲਾਗੂ ਹੋਣੇ ਨੇ ਆ ਫੈਸਲੇ 52 ਕਾਸ਼ ਉਹ ਲਾਗੂ ਹੋ ਜਾਂਦੇ ਤਾਂ ਪੰਜਾਬ ਅੱਜ ਇਹ ਨਾ ਹੁੰਦਾ ਪੰਜਾਬ ਅੱਜ ਬਹੁਤ ਕੁਝ ਵਧੀਆ ਆਪਣੇ ਪੈਰਾਂ ਤੇ ਖੜਾ ਹੁੰਦਾ ਆਂਦੋਲਨ ਨਾ ਕਰਨੇ ਪੈਂਦੇ ਕਿਸਾਨਾਂ ਨੂੰ ਜਾਂ ਮਜ਼ਮਲਾਜਮਾਂ ਨੂੰ ਜਾਂ ਹੋਰਾਂ ਨੂੰ ਉਹਨਾਂ ਸਾਰਿਆਂ ਦਾ ਇੰਤਜ਼ਾਮ ਉਹ 52 ਫੈਸਲਿਆਂ ਵਿੱਚ ਮੈਂ ਕਰਕੇ ਬੰਨਿਆ ਸੀ ਮੇਰੀ ਕਲਮ ਇਸ ਤਰ੍ਹਾਂ ਚੜਾਈ ਗਈ ਕਿ ਅਸੀਂ 31 ਨੂੰ ਕਰ ਰਹੇ ਹਾਂ ਤੇ ਨਾਲ ਮੈਂ ਕਹਿ ਰਹੀ ਹਾਂ ਕੱਲ ਇੱਕ ਤੋਂ ਹੀ ਫੈਸਲੇ ਲਾਗੂ ਹੋਣਗੇ 5 ਵਜੇ ਸਾਡੀ ਸ਼ਾਮ ਨੂੰ ਮੀਟਿੰਗ ਹੋ ਰਹੀ ਹੈ ਤਾਂ ਸਾਨੂੰ ਚੋਣ ਕਮਿਸ਼ਨ ਵੱਲੋਂ ਕੋਈ ਅਫਸਰ ਉੱਠ ਕੇ ਗਿਆ ਇਹਨਾਂ ਦਾ ਅਕਾਲੀ ਮਾਈਂਡਡ ਹੋਣਾ ਹੈ ਉਹਨੇ ਜਾ ਕੇ ਦੱਸਤਾ ਕਿ ਆ ਫੈਸਲੇ ਹੋਗੇ ਤੇ ਮਾਰੇ ਜਾਉਗੇ ਸਾਨੂੰ ਉਹਦੀ ਹੁਕਮ ਆ ਗਿਆ ਮੈਨੂੰ ਚੀਫ ਸੈਕਟਰੀ ਮਿਸਟਰ ਖੰਨਾ ਸੀਕੇ ਜੀ ਆਪਣਾ ਚੋਣ ਕਮਿਸ਼ਨ ਨੇ ਜਾਬਤਾ ਲਾਤਾ ਇੱਕ ਤਰੀਕੇ ਤੋਂ ਜਾਬਤਾ ਲੱਗ ਕੇ ਚੋਣ ਅਨਾਉਂਸ ਕਰਤੀ ਹੈ ਮੇਰੇ ਕੋਲ ਕੁਝ ਵੀ ਹੋਰ ਵਕਤ ਨਹੀਂ ਸੀ ਦਾ ਕੋਈ ਚਾਂਸ ਸੀ ਮੈਂ ਸੋਚਿਆ ਕਿ ਚਲੋ ਕੱਲ ਨੂੰ ਇੱਕ ਹੈ ਆਪਾਂ ਇੱਕ ਤੋਂ ਲਾਗੂ ਕਰਨੇ ਸੀਗੇ ਆਪਾਂ ਅੱਜ ਇਹ ਸਾਰੇ ਫੈਸਲੇ ਕਰਕੇ ਅੱਜ ਹੀ ਪ੍ਰੈਸ ਕਲੀ ਰੱਖੋ ਸ਼ਾਮ ਤੱਕ ਆਪਾਂ ਨੋਟੀਫਿਕੇਸ਼ਨ ਕਰ ਦੇਾਂਗੇ ਫਿਰ ਉਹ ਲਾਗੂ ਹੋਣ ਚੁੱਕੇ ਰੋਕ ਨਹੀਂ ਸਕਦਾ ਹੈਗਾ ਥੈਨ ਯੂ ਵਿਲ ਬੀ ਸਰਪ੍ਰਾਈਜ਼ ਕਿ ਸਾਡਾ 10 ਮਿੰਟ ਬਾਅਦ ਹੀ ਦੂਜਾ ਫੈਕਸ ਆ ਗਿਆ ਕਿ ਜਿਹੜਾ ਜਾਪਤ ਉਹ ਇਮੀਡੀਏਟ ਫੈਕਟ ਲਾਇਆ ਜਾਂਦਾ ਹੈ ਮੇਰੀ ਕਲਮ ਤਾਂ ਰੱਖੀ ਗਈ ਨਾ ਉੱਥੇ ਹੀ ਫੈਸਲੇ ਬਣੇ ਵੀ ਕਾਗਜ਼ਾਂ 'ਚ ਆ ਗਏ ਕੋਈ ਨੋਟੀਫਾਈ ਹੋਗੇ ਕੋਈ ਰਹਿਗੇ ਜਿਹੜੇ ਪਹਿਲਾਂ ਹੋਗੇ ਉਹ ਨੋਟੀਫਾਈ ਹੋਗੇ ਬਾਕੀ ਦੇ ਰਹਿਗੇ ਆਕੇ ਸੋ ਉਸ ਮੈਂ 83 ਦਿਨਾਂ ਦੀ ਮੁੱਖ ਮੰਤਰੀਸ਼ਿਪ ਤਾਂ ਇਹ ਹੀ ਕੀਤਾ ਇਹਦਾ ਮੈਂ ਦੱਸਿਆ ਕਿ 52 52 ਫੈਸਲੇ ਹੋ ਜਾਂਦੇ ਤੇ ਉਹ 10 ਮਿੰਟ ਤੁਹਾਨੂੰ ਮਿਲ ਜਾਂਦੇ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੁੰਦੇ ਕਿਸਾਨੀ ਅੰਦੋਲਨ ਨਾ ਕਰਨਾ ਪੈਂਦਾ ਅੱਜ ਜਿਹੜੀਆਂ ਲੜਕੀਆਂ ਨੂੰ ਕਹਿੰਦੇ ਅਸੀਂ ਕੇਜਰੀਬਾਲ ਵੀ ਕਹਿੰਦਾ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ ਜਾਂ ਸਾਡੀਆਂ ਸਰਕਾਰਾਂ ਮੈਂ ਉਸ ਵਕਤ ਗਰੇ ਜਾ ਕੇ ਆ ਕਿ ਕਿਹਾ ਸੀ ਕਿ ਮੈਂ ਬੀਏ ਤੱਕ ਦੀ ਫ੍ਰੀ ਐਜੂਕੇਸ਼ਨ ਦੇਵਾਂਗੀ ਲੜਕੀਆਂ ਸਾਰੀਆਂ ਨੂੰ ਅੱਜ ਜੋ ਕਹਿੰਦੇ ਕਿ ਅਸੀਂ ਕੇਜਰੀਬਾਲ ਅਸੀਂ ਮੁਫਤ ਜਾਂਦੇ ਹੈ ਕਿ ਬਸਾਂ ਦੇ ਮੈਂ 60 ਸਾਲ ਤੋਂ ਉੱਪਰ ਵਾਲਿਆਂ ਨੂੰ ਫ੍ਰੀ ਬਸਾਂ ਦੇ ਪਾਸ ਤੇ ਨਾਲ ਹੀ ਉਹਦੇ ਵਿੱਚ ਮੈਂ ਕੀਤਾ ਸੀ ਕਿ ਆ ਕਿ ਟੈਂਡੈਂਟ ਵੀ ਜਿਹੜੀ ਔਰਤ ਹੈ ਕਿ ਉਹ ਨਾਲ ਟੈਂਡ ਵਿੱਚ ਜਾ ਸਕੇ ਤੋ ਮੈਂ ਬਖਰੇ ਬਖਰੇ ਲੜਕੀਆਂ ਜਿਹੜੀਆਂ ਸਾਡੀਆਂ ਲਵਾਈ ਨੇ ਉਹ ਕੀ ਕਰਦੀਆਂ ਗਰੀਬ ਅਛੜੀ ਸਟ੍ਰੀਟ ਨੇ ਕੀ ਹੈ ਜੋ ਹਰ ਬਰਗਲੀ ਮੈਂ ਫੈਸਲਾ ਲਈ ਸੀ ਪਰ ਉਹ ਲਾਗੂ ਨਾ ਕਰਨ ਦੇ ਮੇਰੇ ਤੇ ਪਿੱਛੇ ਪੈਗਾ ਚੋਣਕ ਪਿਛੇ ਮੈਂ ਤਰਖਾ ਤੇ ਇਹ ਮੈਂ 83 ਦਿਨਾਂ ਚ ਕਰ ਸਕੀ ਬਿਲਕੁਲ ਤੇ ਮੈਂ ਮਗਰ ਘਾਲ ਕੀਤੀ ਹੈ 2002 ਤੱਕ ਤੁਸੀਂ ਮੰਤਰੀ ਬਣ ਗਏ ਸੀਗੇ ਤੁਸੀਂ ਉਦੋਂ ਵਿਕਾਸ ਕਰ ਦਿੰਦੇ ਹਾਂ ਉੱਥੇ ਮੈਂ ਉਹਦਾ ਹਿਸਾਬ ਦੇਣਾ ਚਾਹੁੰਦੀ ਹਾਂ ਜਰੂਰ ਅੱਛਾ ਮੈਂ ਸਵਾਲ ਕੀਤਾ ਮੈਂ 2002 ਤੋਂ 2007 ਤੱਕ ਮਿਨਿਸਟਰ ਰਹੀ ਹਾਂ ਸਿਰਫ ਇੱਕ ਵਾਰੀ ਮੈਨੂੰ ਮਿਨਿਸਟਰੀ ਕਰਨ ਦਾ ਮੌਕਾ ਮਿਲਿਆ ਨਾਰਮਲ ਸਿਚੁਏਸ਼ਨ ਚ ਉਦੋਂ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀਗੇ ਇਹ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਉਸ ਵਕਤ ਵਿੱਚ ਕੀ ਕੁਝ ਹੋਇਆ ਸਾਡੇ ਤੇ ਕਿੰਨੇ ਸਾਡੇ ਨਾਲ ਡੀਲ ਕੀਤਾ ਗਿਆ ਕਿਵੇਂ ਚਬੜਾਸਿਆਂ ਤੱਕ ਵੀ ਸਬਦਰੀਆਂ ਨਹੀਂ ਘਟ ਸਕਦੇ ਸੀ ਹੋਰ بڑا ਕੁਛ ਤੁਹਾਨੂੰ ਪਤਾ ਹੈ ਕੋਰਟਾਂ ਤੱਕ ਸਾਡੇ ਕਿੰਨੇ ਬੰਦੇ ਗਏ ਭੇਜੇ ਗਏ ਪੋਲੀਟੀਕਲ ਰੈਬਿਲਟੀ ਕਰਕੇ ਲੇਕਿਨ ਉਹਦੇ ਵਿੱਚ ਮੈਨੂੰ ਇਹ ਦਸਨ ਵਿੱਚ ਫਖਰ ਮਹਿਸੂਸ ਹੁੰਦਾ ਹੈ ਕਿ ਮੈਂ ਕੁਝ ਵੱਡੇ ਫੈਸਲੇ ਉਹ ਕਰਵਾ ਸਕੀ ਜਿਹੜੇ ਅੱਜ ਤੱਕਰ ਕਦੇ ਕੋਈ ਕਰਾ ਨਹੀਂ ਸਕਿਆ ਚਾਹੇ ਉਹ ਕਾਲੀ ਦਲ ਦੀ ਸਰਕਾਰ ਦੇ ਐਮ ਐਲ ਏ ਸੀਗੇ ਚਾਹੇ ਉਹ ਪਹਿਲਾਂ ਹੋਰ ਚੀਫ ਮਿਨਿਸਟਰ ਸੀ ਜਾਂ ਕੋਈ ਵੀ ਲੀਡਰ ਹੈ ਕਿਸੇ ਪਾਰਟੀ ਦੇ ਕਿਹੜਾ ਫੈਸਲਾ ਸੀ ਸਾਰਿਆਂ ਤੋਂ ਪਹਿਲਾਂ ਮੈਂ ਹੱਥ ਪਾਇਆ ਕਿ ਜਿਹੜਾ ਸਾਡਾ ਅੱਧਾ 30 ਪਿੰਡ ਨੇ ਇਹਨਾਂ ਦੀ ਇੱਕੋ ਹੀ ਫਸਲ ਹੁੰਦੀ ਹੈ ਇਹ ਭੁੱਖੇ ਮਰਦੇ ਆ ਲੋਕ ਗਰੀਬ ਆ ਲੋਕ ਇਹਨਾਂ ਨੂੰ ਮੈਂ ਕਿਸੇ ਤਰੀਕੇ ਨਾਲ ਹੱਲ ਕਰਕੇ ਇਹਨਾਂ ਦਾ ਮਸਲਾ ਘੱਗਰ ਵਾਲਾ ਹੱਲ ਕਰਾਂ ਜਿਹੜਾ ਬਰਬਾਦ ਕਰਕੇ ਫੈਸਲਾ ਨਿਕਲ ਜਾਂਦਾ ਬਹੁਤ ਵੱਡਾ ਮਾਮਲਾ ਸੀ ਮੈਂ ਉਹ 187 ਕਰੋੜ ਰੁਪਇਆ ਜਿਹੜਾ ਜਾ ਕੇ ਉੱਥੋਂ ਕਰਾ ਕੇ ਲਈ ਬੰਬਈ ਸਾਡਾ ਹੁੰਦਾ ਸੀ ਕਵਿੰਗ ਉਹਨਾਂ ਦੇ ਇੱਕ ਡਿਪਾਰਟਮੈਂਟ World Bank ਦੀਆਂ ਸਕੀਮਾਂ ਦੇ ਵਿੱਚ ਆਉਂਦੇ ਸੀ ਕਿ ਆ ਕਿ ਉੱਥੋਂ ਮੈਂ ਜਾ ਕੇ ਉਹ ਪੈਸੇ ਮਨਜ਼ੂਰ ਕਰਾਏ ਮੈਨੂੰ ਬਹੁਤ ਟਾਈਮ ਲੱਗਿਆ ਕਿਉਂਕਿ ਉੱਥੇ ਇੱਕ ਹਰਿਆਣਵੀ ਹਰਿਆਣੇ ਦਾ ਚੀਫ ਇੰਜੀਨੀਅਰ ਬੈਠਾ ਸੀ ਉਹ ਸਾਡੇ ਕੇਸ ਨੂੰ ਲੁਕਾ ਦਿੰਦਾ ਕਾਗ ਜਿਹੜੇ ਸੀ ਭੇਜਦੇ ਕਰਕੇ ਸ਼ਰਤਾਂ ਪੂਰੀਆਂ ਉਹ ਕਾਗਜ ਲਾ ਦਿੰਦਾ ਕਹਿੰਦਾ ਜੀ ਇਨਕੰਪਲੀਟ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵਿਕਾਸ ਨਹੀਂ ਹੋਣ ਦਿੱਤਾ ਤੁਹਾਡੇ ਹੱਥ ਬੰਨੇ ਜਿਵੇਂ ਅੱਜ ਵੀ ਕਹਿੰਦੇ ਕਿ ਕੈਪਟਨ ਮਨਿੰਦਰ ਸਿੰਘ ਨੇ ਹੱਥ ਬੰਨਤੇ ਜਦਾ 4.5 ਸਾਲ ਤੱਕ ਸਰਕਾਰ ਨਹੀਂ ਕਰ ਸਕੀ ਉਦੋਂ ਵੀ ਇਹੀ ਹਾਲਾਤ ਸੀਗੇ 2002 ਜਿ ਇੰਨਾ ਸਾਈਡ ਲਾਈਨ ਤੁਹਾਨੂੰ ਕਰਤਾ ਸੀਗੀ ਚਪੜਾਸੀ ਦੀ ਵੀ ਤੁਸੀਂ ਬਦਲੀ ਨਹੀਂ ਕਰ ਸਕਦੇ ਸੀ ਦੇਖੋ ਬੰਨੇ ਹੱਥਾਂ ਦੇ ਨਾਲ ਵੀ ਮੈਨੂੰ ਅੱਜ ਇਹ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਉਹ ਪ੍ਰੋਜੈਕਟ ਪਾਸ ਕਰਾਤਾ ਮੈਂ ਫਰਤੋਲੇ ਕੇ ਮੇ ਪਾਸ ਕਰਾ ਕੇ 187 ਕਰੋੜ ਦਾ ਟੈਂਡਰ ਕਰਾਤੇ ਬੋਰਡ ਲੱਗੇ ਸਾਰੇ ਲੋਕਾਂ ਜ਼ਮੀਨਾਂ ਅਕਵਾਇਰ ਕਰਦੇ ਆ ਕਾਫੀ ਕੁਝ ਹੁੰਦਾ ਹੈ ਇਹ 2006 ਦੀ ਗੱਲ ਹੈ ਤੇ ਉਹ 6 ਤੱਕ ਮੈਂ ਕਰਾ ਸਕਿਆ ਦੋ ਸਾਲਾਂ ਵਿੱਚ ਸਾਰਾ ਸਾਡਾ ਕੋਰਸਪੋਂਡੈਂਟ ਜਿਹੜਾ ਹੈਗਾ ਚੱਲਦਾ ਰਿਹਾ ਕਿ ਮੈਂ ਕਰਉਂਦੇ ਰਹੇ ਉਹ ਕਰਾ ਕੇ ਅਸੀਂ ਉੱਥੇ ਬਾਕੀ ਦਾ ਉਹਦੀ ਓਪਨਿੰਗ ਕਰਕੇ ਸ਼ੁਰੂ ਕਰਾ ਕੇ ਆਏ ਲੇਕਿਨ ਸਾਡੀ ਸੱਤ ਸਰਕਾਰ ਬਦਲ ਗਈ ਮੈਂ ਉਹ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਇਹ ਤਾਂ ਇੱਕ ਪ੍ਰੋਜੈਕਟ ਜਿਹੜਾ ਮੈਂ ਕੀਤਾ ਦੂਜਾ ਸਾਡੇ ਇੱਕ ਦੋ ਪਿੰਡੇ ਹੋ ਜੇ ਆ ਮਹਾ ਸਿੰਘ ਵਾਲਾ ਗੇਲ ਜੇ ਤੁਸੀਂ ਕਿਤੇ ਗਏ ਉੱਥੇ ਜਾ ਕੇ ਲੋਕਾਂ ਨੂੰ ਪੁੱਛਿਓ ਉਹ ਪਿੰਡ ਦਾ ਰਕਬਾ ਇੰਨਾ ਉੱਚਾ ਸੀ ਕਿ ਉਹਨਾਂ ਨੂੰ ਪਾਣੀ ਨਹੀਂ ਸੀ ਲੱਗ ਸਕਦਾ ਤੇ ਉਹ ਵਿਚਾਰੇ ਜਮੇ ਹੀ ਬਹੁਤ ਮਜ਼ਦੂਰਾਂ ਵਾਲਾ ਹਾਲ ਹੋਇਆ ਬਸ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਡਾ ਤਾਂ ਆਜ਼ਾਦੀ ਤੋਂ ਪਹਿਲਾਂ ਦਾ ਕੰਮ ਐ ਇਸ ਤਾਂ ਮਜ਼ਦੂਰੀ ਕਰਦੇ ਆ ਕਿਸਾਨ ਹੋ ਕੇ ਸਾਡਾ ਹੱਲ ਨਹੀਂ ਹੁੰਦਾ ਮੈਂ ਉਹ ਮਸਲਾ ਫਿਰ ਸੋਚਿਆ ਕਿ ਕੋਈ ਨਹੀਂ ਕਰ ਸਕਿਆ ਕਹਿੰਦੇ ਤੇ ਮੈਂ ਕਰਕੇ ਦਿਖਾਵਾਂ ਮੈਂ ਭਾਖੜਾ ਮੈਨੇਜਮੈਂਟ ਦੇ ਚੇਅਰਮੈਨ ਨਾਲ ਛਿੰਦੇ ਸਾਡੇ ਸੈਕਟਰ ਦੇ ਮਿਨਿਸਟਰ ਨਾਲ ਗੱਲ ਕਰਕੇ ਪਹਿਲੀ ਵਾਰ ਹੋਇਆ ਕਿ ਭਾਖੜੇ ਚੋਂ ਸਿੱਧਾ ਮੋਗਾ ਕੋਕ ਭਾਖੜੇ ਦੇ ਲੈਵਲ ਦੇ ਬਰਾਬਰ ਸੀ ਉਹ ਪਿੰਡ ਮੈਂ ਭਾਖੜੇ ਚੋਂ ਸਿੱਧਾ ਮੋਗਾ ਲਵਾਇਆ ਉਹਨਾਂ ਪਿੰਡਾਂ ਨੂੰ ਪਾਣੀ ਲਵਾਇਆ ਜਿੱਥੇ ਅੱਜਕੱਲ ਬਹੁਤ ਬਹੁਤ ਫਸਲਾਂ ਹੋ ਕੇ ਵਧੀਆ ਲੋਕ ਆਪਣੀ ਰੋਟੀ ਖੁੱਲੀ ਖਾਂਦੇ ਤੇ ਕੋਠੀਆਂ ਬਣਦੀਆਂ ਜਿੱਤੇ ਅੱਗੇ ਬੁਰਾ ਹਾਲ ਸੀ ਉਹਨਾਂ ਦਾ ਇਹ ਕਰਾਇਆ ਤੀਜੀ ਚੀਜ਼ ਜਿਹੜੀ ਮੈਂ ਕਰਾਈ ਉੱਥੇ ਸਾਡੇ ਆਮ ਤੌਰ ਤੇ ਹੈਗਾ ਕਿ ਸਾਡੇ ਐਜੂਕੇਸ਼ਨਲ ਤੌਰ ਤੇ ਜੇ ਮੈਂ ਦੱਸਿਆ ਕਿ ਹਨ ਪੜ੍ਹਦਾ ਇਨੀ ਸੀ ਅਸੀਂ ਕੋਈ ਰੁਜ਼ਗਾਰ ਕੋਈ ਨੌਕਰੀ ਦਵਾ ਨਹੀਂ ਸਕਦੇ ਸੀ ਮੈਂ ਇੱਕ ਤਾਂ ਉਥੇ 8 7 ਕਾਲਜ ਬਣਾਏ ਵਿੱਚ ਹੈਲਥ ਦੇ ਵਿੱਚ ਐਜੂਕੇਸ਼ਨ ਦੇ ਡਿਗਰੀ ਕਾਲਜ ਵਿੱਚ ਦੂਸਰੇ ਕਾਲਜ ਫਿਰ ਮੈਂ ਇੱਕ ਯੂਨੀਵਰਸਿਟੀ ਕੈਂਪਸ ਲੈ ਕੇ ਗਈ ਦੇਲਾ ਇੱਕ ਪਿੰਡ ਹੈ ਸਾਡਾ ਉਥੇ ਕਾਲੀ ਫੂਲਾ ਸਿੰਘ ਬਹੁਤ ਵਧੀਆ ਸਿੱਖ ਪਰਸਨਲਿਟੀ ਗਣੀ ਗਈ ਹੈ ਜਿਹੜੀ ਬਹੁਤ ਵਧੀਆ ਇਤਿਹਾਸ ਜੀ ਦਾ ਨਾਮ ਦਾ ਹੈਗਾ ਉਹਨਾਂ ਦੇ ਪਿੰਡ ਵਿੱਚ ਮੈਂ ਯੂਨੀਵਰਸਿਟੀ ਕੈਂਪਸ ਬਣਾ ਕੇ 1 ਕਰੋੜ ਰੁਪਏ ਉਸ ਪਿੰਡ ਨੂੰ ਦਿੱਤਾ ਤਾਂ ਕਿ ਇਹ ਯਾਦ ਰਹਿ ਜਾਵੇ ਕਾਲੀ ਫੂਲਾ ਸਿੰਘ ਦੀ ਮੈਥੋਂ ਪਹਿਲਾਂ ਵੀ ਕਿਸੇ ਨੇ ਕੁਝ ਨਹੀਂ ਕੀਤਾ ਤੁਸੀਂ ਕਰਨਾ ਬਹੁਤ ਕੁਝ ਚਾਹਦੇ ਸੀਗੇ ਲੇਕਿਨ ਕੁਝ ਕੰਮ ਕਰ ਸਕੇ ਜਿਹੜੇ ਤੁਹਾਨੂੰ ਅੱਜ ਯਾਦ ਆ ਰਹੇ ਨੇ ਕਿ ਮੈਂ ਯਾਨੀ ਕਿ ਮੈਂ ਉਹੀ ਗੱਲ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜ਼ਮੀਨ ਜਿਹੜੀ ਤੁਹਾਡੀ ਪੂਰੀ ਖਿਸਕਾਂ ਚ ਕੋਈ ਕਸਰ ਨਹੀਂ ਛੱਡੀ ਸੀ ਕਿ ਤੁਸੀਂ ਵਿਕਾਸ ਨਹੀਂ ਕਰ ਪਾਈ ਯਾਨੀ ਕਿ 2002 ਤੋਂ 07 ਵਿੱਚ ਤੁਸੀਂ ਕਰ ਸਕਦੇ ਸੀਗੇ ਇਸ ਤੋਂ ਇਲਾਵਾ ਸਾਡੇ ਜਿਹੜੇ ਮੈਂ ਆਪਣਾ ਰਸਤਾ ਰੋਕਿਆ ਨਹੀਂ ਹੈ ਸਾਡੇ ਲੋਕਾਂ ਦੇ 8-7 ਥਾਮਾਂ ਤੇ ਇਹੋ ਜੇ ਸੀ ਕਿ ਜ਼ਮੀਨ ਦੂਜੇ ਪਾਸੇ ਹੈ ਤੇ ਖੇਤ ਦੂਜੇ ਪਾਸੇ ਪਿੰਡ ਦੂਜੇ ਪਾਸੇ ਹੈ ਤੇ ਜ਼ਮੀਨਾਂ ਦੂਜੇ ਖੇਤੇ ਪਾਸੇ ਦੂਜੇ ਪਾਸੇ ਲੱਗੀਆਂ ਉਹ ਜਾਣਾ ਆਉਣਾ ਕੱਗਰ ਵਿੱਚੋਂ ਨਿਕਲ ਕੇ ਨਾਲਿਆਂ ਵਿੱਚੋਂ ਕਿਸ ਤਰ੍ਹਾਂ ਲੜਕੀਆਂ ਲੈ ਆਉਣ ਮੈਂ 7 ਵੱਡੇ ਪੁਲ ਬਣਵਾਏ ਜਿੱਥੇ ਕੋਈ ਲੋਕ ਇੱਕ ਖਾਲ ਨਹੀਂ ਬਣਾ ਸਕਿਆ 10 ਸਾਲਾਂ ਦੀ ਮਿਨਿਸਟਰੀਆਂ ਚ ਮੈਂ ਚੈਲੰਜ ਕਰੂੰਗੀ ਮੇਰੇ ਤੋਂ ਬਾਅਦ ਜਿਵੇਂ ਪਰਮਿੰਦਰ ਢੀਂਡਸਾ ਜੀ ਰਹੇ ਨੇ 2007 ਤੋਂ ਤਾਂ ਅਕਾਲੀ ਦਲ ਸਰਕਾਰ ਆ ਗਈ ਸੀ ਪਰਮਿੰਦਰ 12 ਤੱਕ 10 ਸਾਲ ਕੰਟੀਨਿਊਸਲੀ ਪਰਮਿੰਦਰ ਢੀਂਡਸਾ ਜੀ ਉੱਥੇ ਰਹੇ ਹੈਗੇ ਨੇ ਉਦੋਂ ਪਹਿਲਾਂ ਵੀ ਅਕਾਲੀਆਂ ਦੇ ਐਮਐਲਏ ਆਉਂਦੇ ਰਹੇ ਨੇਗੇ ਲੇਕਿਨ ਇਹ ਸੱਤ ਪੁਲ ਤਾਂ ਬਹੁਤ ਦੂਰ ਦੀ ਗੱਲ ਹੈ ਇੱਕਦਮ ਨਹੀਂ ਕਰ ਸਕੇ ਤੇ ਮੈਂ ਸੱਤ ਵੱਡੇ ਉਹ ਪੁਲ ਬਣਾ ਕੇ ਪਿੰਡਾਂ ਨੂੰ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਨਾਲ ਜੋੜਦਾ ਜਿੱਥੇ ਉਹ ਅੱਛੇ ਤਰੀਕੇ ਨਾਲ ਜਾ ਕੇ ਆਪਣਾ ਰੋਟੀ ਪਾਣੀ ਖੇਤੀ ਕਰਕੇ ਕੰਮ ਕਰ ਸਕਦੇ ਸੀਗੇ ਇਹ ਉੱਥੇ ਮੈਂ ਬਿਜਲੀ ਦੀ ਪਾਵਰ ਦੀ ਬਹੁਤ ਕੋ ਕੋਰਨਰ ਤੇ ਸੀਗਾ ਬਿਜਲੀ ਸੀ ਮੈਂ ਉੱਥੇ ਗ੍ਰਿਡ ਲਗਵਾਏ ਸਾਡੇ ਬੰਗਾ ਇੱਕ ਪਿੰਡ ਹੈ ਪਾਥੜਾ ਜਾਂਦਾ ਸੀ ਮੈਂ ਉਤੋਂ ਕੱਟ ਕੇ ਲੈ ਕੇ ਗਿਆ ਰੂਰੇ ਲੇਰੀਆ ਤੇ ਮੈਂ ਬੰਗਾ ਲੈ ਕੇ ਜਾਉ ਪਿੰਡ ਮੰਡ ਵੀ ਲੈ ਕੇ ਜਾਉ ਪਿੰਡ ਚਾਰ ਪੰਜ ਮੈਂ 6 ਗ੍ਰਿਡ ਲਵਾਏ ਉਸ ਹਲਕ ਇੱਕ ਹਲਕੇ ਦੇ ਵਿੱਚ ਇਸੇ ਤਰ੍ਹਾਂ ਨਾਲ ਇੱਕ ਪਾਣੀ ਦਾ ਸਮੱਸਿਆ ਆਉਂਦੀ ਸੀ ਤੇ ਇਹ ਮੈਥੋਂ ਪਹਿਲਾਂ ਇਰੀਗੇਸ਼ਨ ਜਾਂ ਸੀਐਮ ਰਹੇ ਕਿਸੇ ਨੇ ਨਹੀਂ ਕੀਤਾ ਮੈਂ ਉਹ ਕੰਮ ਗਨਿਆਰੀਆਂ ਜਿਹੜੇ ਕਿਸੇ ਨੇ ਨਹੀਂ ਕੀਤੇ ਮੈਂ ਅੰਡਰਗਰਾਉਂਡ ਪਾਈਪਾਂ ਦਾ ਇਤਜ਼ਾਰਬਾ ਕੀਤਾ ਕਿ ਉੱਤੇ ਖਾਲਾਂ ਦੀ ਲੜਾਈ ਹੁੰਦੀ ਹੈ ਜ਼ਮੀਨ ਰੁਕ ਜਾਂਦੀ ਹੈ ਪਾਣੀ ਵੱਢਿਆ ਜਾਂਦਾ ਤੇ ਸਾਡੀਆਂ ਜ਼ਮੀਨਾਂ ਵੀ ਰੁਕਣ ਨਾ ਜੇ ਅਸੀਂ ਅੰਡਰਗਰਾਉਂਡ ਪਾਈਪਸ ਪਾ ਕੇ ਪਾਣੀ ਦੇ ਦਈਏ ਕੋਈ ਖਾਲ ਵੱਢੂਗਾ ਨਹੀਂ ਇਹ ਝੰਝਟ ਮੱਕੂਗਾ ਉਹ ਮੇਰਾ ਤਜਰਬਾ ਸਫਲ ਰਿਹਾ ਤੇ ਮੈਂ 35 ਪਿੰਡਾਂ ਚ ਅੰਡਰਗਰਾਉਂਡ ਪਾਈਪਾਂ ਦਾ ਕੰਮ ਸ਼ੁਰੂ ਕਰਵਾਇਆ ਜਿਹੜਾ ਬਾਅਦ ਚ ਸਰਕਾਰਾਂ ਚਲਦੀਆਂ ਨਹੀਂ ਕਰਾਉਂਦੇ ਰਹਿ ਕੋਈ ਕਿਵੇਂ ਨਾ ਪਰ ਸ਼ੁਰੂਆਤ ਇਹਦੀ ਮੈਂ ਕਰਕੇ 35 ਪਿੰਡ ਮੈਂ ਕਰਾਏ ਪਹਿਲੀ ਵਾਰ ਲਹਿਰਾਗਾਗਾ ਹਲਕੇ ਚ ਕੰਮ ਹੋਇਆ ਸੋ ਇਸੇ ਤਰ੍ਹਾਂ ਨਾਲ ਇੰਜੀਨੀਅਰਿੰਗ ਡਿਗਰੀ ਕਾਲਜ ਲਹਿਰਾਗਾਗਾ ਹਲਕੇ ਦੇ ਵਿੱਚ ਇੰਜੀਨੀਅਰਿੰ ਔਰ ਉਹਦੇ ਵਿੱਚ ਤਿੰਨ ਚਾਰ ਸਟੇਟਾਂ ਦੇ ਬਾਹਰਲੇ ਵਿਦਿਆਰਥੀ ਵੀ ਆਉਂਦੇ ਸੀ ਜਿਹਦੇ ਨਾਲ ਇਹਦੇ ਵਿੱਚ ਕੋਈ ਉਸਨੇ ਕਿਰਾਏਦਾਰ ਬਣ ਕੇ ਰਹਿਣਾ ਹੈ ਕਿਸੇ ਨੇ ਪੀਜੀ ਬਣਾ ਕੇ ਰਹਿਣਾ ਕਿਸੇ ਨੇ ਸ਼ਾਪਿੰਗ ਕਰਨੀ ਹੈ ਕੋਈ ਹੋਰ ਚੀਜ਼ ਕਰਨੀ ਹੈ ਤਾਂ ਸਾਰੀ ਆਰਥਿਕਤਾ ਦੇ ਉੱਤੇ ਸਾਡੀ ਦੁਕਾਨਾਂ ਨੂੰ ਵੀ ਫਾਇਦਾ ਹੋਇਆ ਲੋਕਾਂ ਨੂੰ ਵੀ ਕਿਰਾਏ ਤੇ ਲੋਕ ਰਹਿਣ ਲੱਗ ਗਏ ਆ ਕੇ ਤੇ ਬਾਹਰਲੇ ਆ ਰਹੇ ਆ ਉਹ ਕਾਲਜ ਦਾ ਮੀਲ ਪੱਥਰ ਵੀ ਸਰਦਾਰ ਬਿਨ ਸਿੰਘ ਜੀ ਤੋਂ ਰਕਵਾ ਕਰਵਾਇਆ ਸੀ ਉਹ ਉੱਥੇ ਪੂਰਾ ਮੈਂ ਬਣਾ ਕੇ ਆਈ ਫਿਰ ਸਾਡੇ ਇੱਕ ਦਾਣਾ ਮੰਡੀ ਸੀ ਉਹਦੇ ਵੇਲੇ ਵੀ ਰੌਲਾ ਸੀ ਕਿ ਜੀ ਇੱਕ ਪਿੰਡ ਦੇ ਵਿੱਚ ਦਾਣਾ ਮੰਡੀ ਬਣਨੀ ਹੈ ਵੱਡੀ ਤੇ ਉੱਥੇ ਪੈਸੇ ਰਾਹ ਚੋਂ ਖੋਹ ਲੈਂਦੇ ਆ ਮੰਡੀਆਂ ਦੇ ਲੋ ਉਈ ਜਗ ਨਹੀਂ ਸੀ ਉੱਥੇ ਬਹੁਤ ਵੱਡੇ ਕ ਪਾਣੀ ਖੜੇ ਸੀ ਛੱਪੜ ਸੀ ਜਿੱਥੇ ਪੋਸੀਬਲ ਹੀ ਨਹੀਂ ਸੀ ਦਿਲਬਾਖ ਸਿੰਘ ਜੀ ਹੁੰਦੇ ਸੀ ਨਵਾਂ ਸ਼ਹਿਰ ਵਾਲੇ ਉਹ ਕਹਿੰਦੇ ਪੋਸੀਬਲ ਹੀ ਨਹੀਂ ਐਨੇ ਡੂੰਘੇ ਐ ਫਿਰ ਉੱਥੇ ਮੈਂ ਖੁਦ ਖੜ ਕੇ ਟਰੈਕਟਰ ਟਰਾਲੀਆਂ ਲਵਾ ਕੇ ਟਰੱਕ ਜੁਨੀਆਂ ਨੂੰ ਲਾ ਕੇ ਪਾ ਕੇ ਮਿੱਟੀ ਉੱਥੇ ਮੈਂ ਇੱਕ ਬਹੁਤ ਵੱਡਾ ਦਾਲਣਾ ਮੰਡੀ ਬਣਾ ਕੇ ਦਿੱਤੀ ਜਿੱਥੇ ਜਾ ਕੇ ਬਿਆਨ ਸਿੰਘ ਦਾ ਹੈਲੀਕਾਪਟਰ ਉਤਰਿਆ ਸੀ ਆ ਕੇ ਇਸ ਤਰ੍ਹਾਂ ਨਾਲ ਮੇਰੇ ਬੱਚਾ ਦਾ ਪ੍ਰੋਬਲਮ ਆਉਂਦੀ ਸੀ ਸਾਡੇ ਸੜਕਾਂ ਨਹੀਂ ਸੱਚ ਵਿੱਚ ਸੜਕਾਂ ਬਣਵਾਈਆਂ ਕੱਲੇ-ਕੱਲੇ ਪਿੰਡ ਨੂੰ ਮੈਂ ਸੜਕਾਂ ਦੇ ਨਾਲ ਜਾਲ ਵਿਛਾਤਾ ਹਰ ਥਾਂ ਮੈਂ ਸੜਕਾਂ ਬਣਾਈਆਂ ਜੋ ਰਜਿੰਦਰ ਕੌਰ ਪੱਟਲ ਦਾ ਮਗਰੋਂ ਲੋਕਾਂ ਨੇ ਕੁਝ ਬਣਾਈਆਂ ਹੋਣਗੀਆਂ ਲੇਕਿਨ ਵੱਡਾ ਜਿਹੜਾ ਪਹਿਲਾਂ ਕਹਿਣਾ ਸੀ ਵਿਛਾਣਾ ਉਹ ਰਸਤਿਆਂ ਦੇ ਵਿਛਾਉਣਾ ਮੈਂ ਵਿਛਾਇਆ ਉੱਥੇ ਜਾ ਕੇ ਕਿ ਮੈਂ ਅੱਜ ਫਿਰ ਲੋਕ ਉੱਥੇ ਇੰਨੀ ਤਰਾਸ ਦੀ ਕਿਉਂ ਨੇ ਕਿ ਸਾਡੇ ਲਹਿਰਾਗਾਗਾ ਦਾ ਵਿਕਾਸ ਨਹੀਂ ਹੋ ਪਾਇਆ ਕੀ ਕਾਰਨ ਲੋਕ ਅੱਜ ਵੀ ਯਾਦ ਕਰਦੇ ਨੇ ਅਗਰ ਲਹਿਰਾਗਾਗਾ ਦੀ ਯਾਦ ਆਂਦੀ ਹੈ ਤਾਂ ਸਭ ਤੋਂ ਪਹਿਲੇ ਨਾਮ ਤੁਹਾਡਾ ਆਂਦਾ ਰਜਿੰਦਰ ਕੌਰ ਪੱਟਲ ਮੈਂ ਇਹੀ ਗੱਲ ਦੱਸਣਾ ਚਾਹੁੰਦੀ ਆ ਕਿ ਮੈਂ ਸਾਡੇ ਟੱਬਰ ਦੀ ਆਤ ਹੈ ਜੇ ਮੇਰੇ ਮਾਪੇ ਆਪਣੀਆਂ ਕੁਰਬਾਨੀਆਂ ਕੀਤੀਆਂ ਸੀ ਆਪਣਾ ਪ੍ਰਚਾਰ ਨਹੀਂ ਕੀਤਾ ਮੈਂ ਇਹ ਜੇ ਕੰਮ ਕੀਤੇ ਤਾਂ ਉਹਦਾ ਪ੍ਰਚਾਰ ਨਹੀਂ ਕੀਤਾ ਸਾਡੇ ਜਿਹੜੇ ਉਸ ਵਕਤਾਂ ਦੇ ਲੋਕ ਸਿੱਖ ਅੱਖੀਂ ਦੇਖੇ ਜਿਨ੍ਹਾਂ ਨੇ ਉਹ ਤਾਂ ਜਾਣਦੇ ਸੀ ਮੇਰੇ ਨਾਲ ਰਹੇ ਇਹੀ ਕਾਰਨ ਹੈ ਕਿ ਜਿੱਥੋਂ ਕਦੇ ਕਾਂਗਰਸ ਪਹਿਲਾਂ ਨਹੀਂ ਜਿੱਤੇ ਕੈਪਟਨ ਮਰਿੰਦਰ ਸਿੰਘ ਤੇ ਨਾਨਕੇ ਉੱਥੇ ਪਾਰਲੀਮੈਂਟਰੀ ਚ ਇਲਾਹਾ ਗੱਗਾ ਹਲਕਾ ਵਿੱਚ ਪੈਂਦਾ ਸੀ ਪਟਿਆਲੇ ਦੇ ਵਿੱਚ ਉਹ ਬੀਜੰਦੂ ਮਾਰੇ ਤੋਂ ਹਾਰ ਗਈ ਸੀ ਬਾਰ-ਬਾਰ ਹਾਰੇ ਪਰਨੀਤ ਕੋ ਹਾਰੀ ਕਦੇ ਕੋ ਜਿੱਤ ਨਹੀਂ ਸਕਿਆ ਸੀ ਕਾਂਗੜ ਸੀ ਇਸੇ ਕਰਕੇ ਉਹ ਲੋਕਾਂ ਨੇ ਜਿਨ੍ਹਾਂ ਨੇ ਅੱਖੀਂ ਦੇਖਿਆ ਸੀ ਮੇਰੇ ਕੰਮ ਮੈਨੂੰ ਲਗਾਤਾਰ 4-5 ਵਾਰ ਜਿਤਾਇਆ ਲੇਕਿਨ ਜਿਹੜੀ ਆ ਪ੍ਰਚਾਰ ਦੀ ਗੱਲ ਕਰਦੇ ਹਾਂ ਜਿਹੜੇ ਉਸ ਵਕਤ ਬੱਚੇ ਛੋਟੇ ਸੀ 2007 ਤੋਂ ਬਾਅਦ ਮੈਂ ਪਾਵਰ 'ਚ ਨਹੀਂ ਰਹੀ ਸਾਡੀ ਸਰਕਾਰ ਨਹੀਂ ਆਈ 2007 ਤੋਂ ਬਾਅਦ ਜਿਹੜੇ ਬੱਚੇ ਉਦੋਂ 8 ਸਾਲ ਦਾ ਹੋਊ 7 ਸਾਲ ਦਾ ਹੋਊ ਅੱਜ ਉਹ 35-40 'ਆਂ ਤੇ ਪਹੁੰਚੇ ਐ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਾਂ ਦੇਖਿਆ ਹੀ ਨਹੀਂ ਕਦੇ ਪੱਠਲ ਨੇ ਕੁਝ ਕੰਮ ਕੀਤਾ ਹੋਊਗਾ ਜੀ ਪਹਿਲਾਂ ਤਾਂ ਲਹਿਰਾ ਗਾਗਾ ਉਹਨਾਂ ਨੇ ਦੇਖਿਆ ਹੀ ਨਹੀਂ ਵਿਚਾਰਿਆਂ ਨੇ ਉਹਨੂੰ ਪਤਾ ਹੀ ਨਹੀਂ ਸੁਰਤੀ ਨਹੀਂ ਸੀਗੀ ਜਿਹੜਾ ਦਾ ਦ੍ਰਿਸ਼ ਸੀਗਾ ਜਿਹੜੇ ਦਿਖਾਉਂਦੇ ਕਿ ਕਿੰਨਾ ਇਹ ਬਰਬਾਦ ਹੋਇਆ ਵਾ ਲਹਿਰਾ ਗਾਗਾ ਸੀ ਜਿਹਨੂੰ ਮੈਂ ਮੁੜ ਕੇ ਕਿੱਥੇ ਲੈ ਕੇ ਆਈ ਹੈਗੀਆਂ ਉਹਨਾਂ ਬੱਚਿਆਂ ਦੇਖਿਆ ਨਹੀਂ ਮੈਂ ਪਬਲਿਸਿਟੀ ਨਹੀਂ ਕੀਤੀ ਵੀ ਮੇਰੇ ਵਿਰੋਧੀਆਂ ਨੇ ਇਸ਼ੂ ਚੱਕਤਾ ਲਹਿਰਾ ਗਾਗਾ ਦੇ ਅਗਰ ਤੁਸੀਂ ਜਿਹੜੇ 8 ਸਾਲ ਦੇ ਬੱਚੇ ਸੀ ਹੁਣ 35 40 ਸਾਲ ਦੇ ਹੋ ਗਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦਾ ਸਮਰ ਨਿਊਜ਼ ਤੇ ਉਹਨਾਂ ਨੂੰ ਤੁਸੀਂ ਕਿਉਂਕਿ ਖਾਸ ਤੌਰ ਤੇ ਗੱਲ ਕਹੀ ਹੈ ਕਿ ਜਿਹੜੇ ਬੱਚੇ ਉਹਦੇ 8 ਸਾਲ ਦੇ ਸੀ ਅੱਜ ਉਹਨਾਂ ਦੀ ਉਮਰ ਇੰਨੀ ਹੋ ਗਈ ਹੈ ਕੀ ਕਹਿਣਾ ਚਾ ਇਹ ਸੱਚ ਮੁੱਚ ਹੈ ਕਿ ਤੱਥ ਭਾਲਦੀ ਹੈ ਤੇ ਸੱਚ ਭਾਲਦੀ ਹੈ ਪੋਲੀਟੀਕਲ ਪਾਰਟੀਆਂ ਮੇਰੀਆਂ ਵਿਰੋਧੀ ਪਾਰਟੀਆਂ ਜਾਂ ਵਿਦਨ ਪਾਰਟੀ ਜਿਹੜੀ ਰਾਈਵਲਟੀਜ਼ ਹੁੰਦੀਆਂ ਕਈਆਂ ਦੀ ਉਹਨਾਂ ਦੇ ਝੂਠੇ ਪ੍ਰਚਾਰ ਦੇ ਮਗਰ ਨਾ ਜਾਣ ਜਿਵੇਂ ਉਹ ਕਹਿੰਦੇ ਕਿ 25 ਸਾਲ 25 ਸਾਲ ਮੈਂ ਮਿਨਿਸਟਰ ਤਾਂ ਇੱਕ ਵਾਰ ਹੀ ਰਹੀ ਹਾਂ ਇੱਕ ਟਰਮ ਚ ਜੇ ਤੁਸੀਂ ਮੇਰਾ ਮੈਨੂੰ ਸਾਰੇ ਲੀਡਰਾਂ ਨੂੰ ਬਰਾਬਰ ਖੜਾ ਕਰ ਲੈਣ ਬੱਚੇ ਕਿਉਂਕਿ ਉਹਨਾਂ ਨੂੰ ਬੱਚੇ ਹੈ ਉਹਨਾਂ ਦਾ ਕਸੂਰ ਨਹੀਂ ਉਹਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਉਹਨੇ ਦੇਖਿਆ ਹੀ ਨਹੀਂ ਉਹਨਾਂ ਨੂੰ ਉਸ ਵਕਤ ਦੇ ਵਿੱਚ ਲੇਕਿਨ ਉੱਥੇ ਜੋ ਸਾਰਾ ਕੁਝ ਹੋਇਆ ਬੈ ਜੋ ਕੀਤਾ ਬੈ ਉਹ ਜੇ ਰਜਿੰਦਰ ਕੌਰ ਭੱਟਲ ਨੇ 95% ਕੀਤਾ ਹੈ ਤਾ ਫਿਰ ਇਹਨਾਂ ਨੂੰ ਮੰਨਣਾ ਪਊਗਾ ਕਿ ਕੀਤਾ ਹੈ ਇਹ ਜਾਣਕਾਰੀ ਮੈਂ ਦੇ ਰਹੀ ਆ ਤੁਸੀਂ 35 40 ਸਾਲ ਦੇ ਬੱਚਿਆਂ ਤੱਕ ਆਪਣੀ ਆਵਾਜ਼ ਕਿੱਦਾਂ ਪਹੁੰਚਾਓਗੇ ਤੁਹਾਨੂੰ ਤਾਂ ਤੁਹਾਨੂੰ ਲੱਗਦਾ ਪ੍ਰਚਾਰ ਕਰਨਾ ਪਊਗਾ ਲੱਗਦਾ ਮੈਂ ਇਹੀ ਦੱਸਦੀ ਆ ਕਿ ਅੱਜ ਪਹਿਲੀ ਵਾਰ ਮੈਨੂੰ ਇਹ ਲੱਗਿਆ ਕਿ ਮੈਂ ਆਪਣੇ ਕੀਤੇ ਕੰਮਾਂ ਨੂੰ ਦੱਸਾਂ ਕਿ ਮੈਂ ਕੀਤੇ ਜਿਹੜੇ ਮੈਂ ਦੱਸੇ ਨਹੀਂ ਕਦੇ ਕਿ ਕੋਈ ਆਸਾਨ ਨਹੀਂ ਮੈਂ ਕੀਤਾ ਮੈਂ ਕੀਤੇ ਹੈਗੇ ਆ ਲੇਕਿਨ ਅੱਜ ਇਹ ਹਾਲਾਤ ਜਿਹੜੇ ਹੈਗੇ ਇਹ ਮੰਗ ਕਰਦੇ ਆ ਕਿ ਸਚਾਈ ਜਿਹੜੀ ਨਵੀਂ ਸਾਡੀ ਜਨਰੇਸ਼ਨ ਹੈ ਜਿਹਨੂੰ ਬਚਾਰਿਆਂ ਨੂੰ ਪਤਾ ਨਹੀਂ ਜਿੱਦਾਂ ਤਾਂ ਕਸੂਰ ਵੀ ਕੋਈ ਨਹੀਂ ਉਹ ਮੈਨੂੰ ਕਹਿੰਦੇ ਨਹੀਂ ਕੁਝ ਕੀਤਾ ਤਾਂ ਠੀਕ ਹੈ ਮੇਰੇ ਵਿਰੋਧੀ ਬੀਦਰ ਪਾਰਟੀ ਆਊਟ ਆਫ ਪਾਰਟੀ ਉਹ ਇੱਕ ਨਾਰਾ ਤੇ ਇਸ਼ੂ ਬਣਾ ਦਿੰਦੇ ਨੇ ਆ ਪੁੱਛੋ ਜੀ ਬੀਬੀ ਦੋ ਹੀਰ ਨੇ ਕੀ ਕੀਤਾ ਮੈਂ ਕਹਿੰਨੀ ਆ ਕਿ ਇੱਕ ਦਿਨ ਚਾਹੇ ਖੁੱਲੀ ਖਿਚੜੀ ਕਰ ਲੈਣ ਉੱਥੇ ਮੇਰੇ ਨਾਲ ਜਿਹੜੇ ਰਹੇ ਹੋਏ ਮੈਂ ਤਾਂ ਕਹਿੰਨੀ ਆ 10 ਸਾਲ ਵਾਲੇ ਵਜ਼ੀਰ ਹੈ ਇਹਨਾਂ ਨੂੰ ਖੜੇ ਕਰ ਲਓ ਵੀ ਇਹਨਾਂ ਦਾ ਹਲਕੇ 'ਚ ਕੋਈ ਇੱਕ ਕਾਲਜ ਬਣਾਇਆ ਕੋਈ ਇੱਕ ਪੁਲ ਬਣਾਇਆ ਤੇ ਮੈਂ ਇੱਕ ਟਰਮ 'ਚ ਇਹਨੇ ਬਣਾਤੇ ਆ ਮੈਂ ਸੱਚੀ ਆ ਮੈਂ ਕੰਮ ਕੀਤਾ ਇੱਕ ਉਹਨਾਂ ਨੇ ਕੰਮ ਕੀਤਾ ਹੈਗਾ ਕਿਸੇ ਚੀਫ ਮਿਨਿਸਟਰ ਨੂੰ ਬਿਠਾ ਲਓ ਜੇ ਨੇ 5 ਸਾਲ ਤਾਂ ਕੀਤਾ ਹੈਗਾ ਜਾਂ 10 ਸਾਲ ਕੀਤਾ ਤੇ ਮੈਂ 83 ਦਿਨਾਂ ਚ ਕੀਤਾ ਕਿ ਮੈਂ 83 ਦਿਨਾਂ ਚ ਉਹਨਾਂ 10 ਸਾਲ ਵਾਲਿਆਂ ਨੂੰ ਮੁੱਖ ਮੰਤਰੀਆਂ ਨੂੰ ਵੱਧ ਕਰਕੇ ਦਿਖਾਤਾ ਦੂਟਰ ਮਾਲਿਆਂ ਨੂੰ ਵੱਧ ਕਰਕੇ ਦਿਖਾਤਾ ਤੇ ਜੇ ਮੈਂ ਕਰਕੇ ਦਿੱਤਾ ਤੇ ਮੈਂ ਜ਼ਰੂਰ ਚਾਹੁੰਨੀ ਹੈਗਾ ਜਿਹੜੀ ਜੰਗ ਜਨਰੇਸ਼ਨ ਹੈ ਉਹ ਜ਼ਰੂਰ ਇਸ ਗੱਲ ਨੂੰ ਦੇਖੇ ਸਮਝੇ ਇਹ ਇਹ ਸਾਲਾਂ ਚ ਕੀ ਰਿਹਾ 2017 ਤੋਂ ਕੈਪਟਨ ਦੀ ਸਰਕਾਰ ਸੀਗੀ 4 ਸਾਲ 4.5 ਸਾਲ ਕੋਈ ਤੁਸੀਂ ਉਸ ਟਾਈਮ ਤੇ ਵਿਕਾਸ ਕਰ पाए ਕਿ ਉਸ ਟਾਈਮ ਵੀ 2002 ਦੇ ਸੱਤਰ ਵਿੱਚ ਕੈਪਟਨ ਨੇ ਰੋਕ ਲਿਆ ਸੀ ਤੇ ਹੁਣ ਵੀ ਕੈਪਟਨ ਨੇ ਹੱਥ ਬੰਨੇ ਹੋਏ ਸੀ ਜਾਂ ਹੁਣ ਬਦਲੀਆਂ ਦੀ ਤੁਹਾਨੂੰ ਪਾਵਰ ਸੀਗੀ ਆ ਸਾਢੇ 4 ਸਾਲਾਂ ਚ ਦੇਖੋ ਆ ਸਾਢੇ 4 ਸਾਲਾਂ ਚ ਭਾਵੇਂ ਮੈਂ ਐਮਐਲਏ ਵੀ ਨਹੀਂ ਬਣੀ ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਕਿ ਇਹ ਹਲਕਾ ਹਰਿਆਣੇ ਦੇ ਤਿੰਨ ਵਾਰਡਾਂ ਤੇ ਆ ਅਨਫੋਰਚੂਨੇਟ ਮੇਰੀ ਇਹ ਹੋ ਗਈ ਮੈਨੂੰ ਹਰਾਉਣ ਵਾਸਤੇ ਮੇਰੇ ਵਿਦਨ ਪਾਰਟੀ ਆਊਟ ਆਫ ਪਾਰਟੀ ਸਾਰੇ ਮੇਰੇ ਵੱਡੇ ਵੱਡੇ ਜਿਵੇਂ ਹਰਿਆਣੇ ਚੋਂ ਚਟਾਲਾ ਜੀ ਰਹੇ ਸੀ ਚੀਫ ਮਿਨਿਸਟਰ 27 30 ਪਿੰਟ ਪੈਂਦੇ ਹਰਿਆਣਵੀ ਨਾਲ ਬੋਲੀ ਵਾਲੇ ਸਾਰਿਆਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਕੈਪਟਨ ਮਨਿੰਦਰ ਸਿੰਘ ਨੇ ਵੀ ਪੂਰਾ ਜ਼ੋਰ ਲਾਇਆ ਸਾਰਿਆਂ ਨੇ ਜੋ ਕੁਝ ਵੀ ਮੈਂ ਕਹਤਾ ਹੈ ਸਾਰਿਆਂ ਨੇ ਕੋਸ਼ਿਸ਼ ਕੀਤੀ ਇਹਨਾਂ ਤੇ ਮੇਰੇ ਮੁਕਾਬਲੇ 'ਚ ਇੰਡੀਪੈਂਡੈਂਟ ਬੰਦੇ ਵੀ ਖੜੇ ਕੀਤੇ ਹੋਏ ਸੀ ਚਾਂਦੀ ਰਾਮੇ ਖੜਾ ਕੀਤਾ ਸੀ ਪਹਿਲੀ ਵਾਰ ਇੱਕ ਬਾਂਸਲ ਖੜਾ ਕੀਤਾ ਸੀ ਮੰਡਵੀ ਤੋਂ ਕਿ ਐਸ ਬਾਣੀਆਂ ਦੀ ਵੋਟੇ ਤੋੜੂਗਾ ਗੁਜਰਾں ਦੀ ਵੋਟੇ ਤੋੜੂਗਾ ਫਲਾਣੇ ਦੀ ਸਾਰਿਆਂ ਨੇ ਕੋਸ਼ਿਸ਼ ਕੀਤੀ ਅੱਛਾ ਉਮੀਦਵਾਰ ਵੀ ਬਦਲ ਕੇ ਲਿਆਉਂਦੇ ਰਹੇ ਕਾਲੀ ਦਲ ਵਾਲੇ ਕਦੇ ਚੰਦੂ ਬਾਜਰਾ ਜੀ ਜੀਐਮਪੀ ਰਹੇ ਨੇ ਉਹਨਾਂ ਨੂੰ ਲੈ ਕੇ ਗਏ ਕਦੇ ਆਪਣਾ ਭਗਵੰਤ ਮਾਨ ਨੂੰ ਲੈ ਕੇ ਗਏ ਮੇਰੇ ਮੁਕਾਬਲੇ 'ਚ ਤੇ ਲੇਕਿਨ ਇਹ ਮੈਨੂੰ ਹੁਣ ਇਹਨਾਂ ਨੇ ਪਰਮਿੰਦਰ ਢੀਂਟ ਸਾਇਸ ਵੱਲ ਜਾਂਦਾ ਕਿ ਪੱਠਲ ਨੇ ਪੈਸਾ ਨਹੀਂ ਕਮਾਇਆ ਤੇ ਕੋਲ ਪੈਸਾ ਹੈ ਨਹੀਂਗਾ ਤੇ ਪੈਸੇ ਵਾਲਾ ਬੰਦਾ ਸਿੱਟੋ ਨਾਲ ਦਾ ਨਮਾ ਚਿਹਰਾ ਸਿੱਟੋ ਹੁਣ ਉਸ ਨਾਮ ਤੋਂ ਭੱਜ ਰਿਹਾ ਸੀ ਕਿ ਲੋਕਾਂ ਨੂੰ ਉੱਥੇ ਉਸ ਨਾਮ ਦੇ ਵਿੱਚ ਬੜਨ ਇਸ ਦਿਨ ਤੋਂ ਉਹਦੀ ਮਾਰੀ ਹਾਲ ਸੀ ਹਾਰ ਜਾਣਾ ਸੀ ਉਹਨੇ ਤੇ ਉਹਨੂੰ ਵੀ ਸੂਟ ਕਰਦਾ ਸੀਗਾ ਇਸ ਕਰਕੇ ਮੇਰੇ ਤੇ ਜਿਹੜੇ ਇਹ दारू ਮਦਾਰ ਇੱਕ ਜਿਹਨਾਂ ਦੇ ਜਿਹੜੇ ਪਰਿਵਾਰ ਦੀ ਕੁੜੀ ਦੇ ਮਾਂ ਬਾਪ ਨੇ ਦੇਸ਼ ਭਗਤੀ ਚ ਨਾਨੀ ਤੋਂ ਲੈ ਕੇ ਆਪਣੇ ਭੈਣਾ ਭਰਾਵਾਂ ਮਾਤਾ ਤੱਕ ਇਸ ਜ਼ਿਲ੍ਹਾ ਸਭ ਕੁਝ ਗੁਜ਼ਾਰਤਾ ਹੋਵੇ ਜ਼ਮੀਨਾਂ ਜਾਇਦਾਦਾਂ ਲਟਾਤੀਆਂ ਹੁਣ ਲੋਕਾਂ ਲਈ ਅੱਜ ਅੱਜ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਆਏਆਂ ਸੀ ਪੋਲੀਟੀਕਲ ਆਏਆਂ ਉਹਦੇ ਵਿੱਚ ਵੀ ਇੰਨੀ ਸੇਵਾ ਕੀਤੀ ਹੋਵੇ ਉਹਨਾਂ ਦੇ ਦੁਆਲੇ ਸਾਰੇ ਜਿਹੜੇ ਮੇਰੇ ਦੁਸ਼ਮਣ ਇਕੱਠੇ ਹੋ ਗਏ ਮੈਨੂੰ ਇਹ ਫੇਰ ਵੀ ਹਰਾ ਨਹੀਂ ਸਕਦੇ ਸੀ ਲੇਕਿਨ ਸਾਡਾ ਜੇ ਮੈਂ ਦੱਸਿਆ ਕਿ ਹਰਿਆਣੇ ਦੇ ਬਾਰਡਰ ਤੇ ਪੈਂਦਾ ਸੀ ਅਨਫੋਰਚੂਨੇਟ ਇਹ ਹੋ ਗਈ ਕਿ ਇਸ ਵਾਰ ਜਿਹੜਾ ਮੇਰਾ ਹਲਕਾ ਹੈ ਹਰਿਆਣੇ ਦੇ ਨਾਲ ਲੱਗਣ ਕਰਕੇ ਸਾਰਿਆਂ ਨੂੰ ਵੱਧ ਵੋਟ ਇੱਥੇ ਉਹਨਾਂ ਦੀ ਹੈ ਪ੍ਰੇਮੀਆਂ ਦੀ ਸਰਸਾ ਵਾਲਿਆਂ ਦੀ 27000 ਵੋਟ ਹੈ ਸਾਡੇ ਜਿਹ ਕਿਉਂਕਿ ਹਰਿਆਣੇ ਦੇ ਤਿੰਨੇ ਬਾਡਰਾਂ ਦੇ ਵਿੱਚ ਹੀ ਵਸਦਾ ਮੇਰਾ ਹਲਕਾ ਸਾਰੇ ਪੰਜਾਬ ਦੇ ਨਾਲੋਂ ਵੱਧ ਉੱਥੇ ਵੋਟ ਹੈਗੀ ਹੈ ਉਹ ਫੈਸਲਾ ਅਕਾਲੀ ਦਲ ਦੇ ਹੱਕ 'ਚ ਹੋ ਗਿਆ ਕਾਂਗਰਸ ਦੇ ਹੱਕ 'ਚ ਨਹੀਂ ਕਾਕਰ ਦੇ ਖਿਲਾਫ ਸੀਗਾ ਉਹ ਜਿਹੜੀ 27000 ਵੋਟਾਂ ਉੱਚੇ ਜ 12 13000 ਵੋਟੇ ਬੰਦਾ ਇਧਰੋਂ ਮਾਈਨਸ ਕਰਕੇ ਦੂਜੇ ਪਾਸੇ ਪਲੱਸ ਹੁੰਦੀ ਤੇ ਡਬਲ ਹੋ ਜਾਂਦੀ ਹੈ ਇਹ ਮੈਨੂੰ ਇਸ ਵੋਟ ਦਾ ਸੈਟਬੈਕ ਹੋ ਕੇ ਮੈਂ ਐਮਐਲਏ ਨਹੀਂ ਬਣ ਸਕੀ ਲੇਕਿਨ ਉਹਦੇ باوجود ਵੀ ਅੱਜ ਵੀ ਮੈਂ ਕਹਿੰਨੀ ਆ ਕਿ ਪਰਮਿੰਦਰ ਢੀਂਡਸੇ ਦੇ ਜਿਹੜਾ ਸਮਾਂ ਚ ਰਿਹਾ ਉਹਦੇ ਸਮੇਂ ਵਿੱਚ ਤੇ ਮੇਰੇ ਸਮੇਂ ਵਿੱਚ ਕਿੰਨੇ 100 100 ਕਰੋੜ ਦੇ ਸੜਕਾਂ ਹੀ ਬਣਾਤੀਆਂ ਉੱਥੇ ਨਿੱਕੇ ਮੋਟੇ ਲਿੰਕ ਰਹਿ ਗਏ ਜਾਂ ਹੋਰ ਰਹਿ ਗਏ ਕੁਝ ਕਹਿ ਗਿਆ ਸਾਢੇ 8 ਕਰੋੜ ਦੀਆਂ ਤਾਂ ਮੈਂ ਅੰਡਰਗਰਾਉਂਡ ਪਾਈਪਾਂ ਹੀ ਇਸ ਸਮੇਂ ਚ ਪਾਤੀਆਂ 4 ਸਾਲ ਦੇ ਵਿੱਚ ਵਿੱਚ ਕਰਕੇ ਕਿੰਨੇ 100 ਜਿਵੇਂ ਕਹਿ ਸਕੀਏ ਕਿ ਮੈਂ 100 ਕਰੋੜ ਦੇ ਲਗਭਗ ਤੋਂ 200 ਕਰੋੜ ਦੇ ਨੇੜੇ ਤੇ ਜਿਹੜੀ ਲੱਗੀ ਹਾਂ ਸਾਰੀਆਂ ਚੀਜ਼ਾਂ ਪਾ ਕੇ ਸੜਕਾਂ ਵੀ ਸਕੂਲ ਵੀ ਸੈਂਟਰਲ ਸਕੀਮਾਂ ਵੀ ਉਹਨਾਂ ਦਾ ਆ ਕੇ ਮੇਥੇ ਡਿਵੈਲਪਮੈਂਟ ਦਾ ਪੈਸਾ ਵੱਖਰ ਵੱਖਰੀ ਕੰਮਾਂ ਲਈ ਇਹ ਸਾਰਿਆਂ ਲਈ ਮੈਂ ਫੇਰ ਵੀ ਖਿੱਚ ਕੇ ਲੈ ਕੇ ਆਇਆਂਗਾ ਚਾਹੇ ਮੈਂ ਐਮਐਲਏ ਵੀ ਨਹੀਂ ਬਣੀ ਮੈਂ ਵਜ਼ੀਰ ਤਾਂ ਬਹੁਤ ਇਸ ਵਾਰ ਕੀ ਲੱਗਦਾ ਕਿ ਹੁਣ ਚਰਨਜੀਤ ਸਿੰਘ ਚੰਨੀ ਸਾਥ ਦਿੰਦੇ ਪਏ ਨੇ ਦੇਖੋ ਸਾਡੇ ਮੈਂ ਸਮਝਦੀ ਕਿ ਬਹੁਤ ਅੱਛਾ ਕੰਮ ਕਰ ਰਹੇ ਹੈ ਚੰਨੀ ਹਣੀ ਗਰੀਬ ਪਰਿਵਾਰ ਚ ਉੱਠ ਕੇ ਆਏ ਨੇ ਸੁਧਾਰਨ ਪਰਿਵਾਰ ਚ ਉੱਠ ਕੇ ਆਏ ਨੇ ਤੇ ਸਾਡੀ ਸਾਰੀ ਪਾਰਟੀ ਜੀ ਟੀਮ ਹੈਗੀ ਨੌਜਵਾਨਾਂ ਦੀ ਟੀਮ ਹੈ ਨੌਜਵਾਨਾਂ ਦਾ ਜੁਗਾ ਹੈਗਾ ਇਹ ਨੌਜਵਾਨਾਂ ਦੀ ਟੀਮ ਅਗਰੈਸਿਵ ਜ਼ਰੂਰ ਹੁੰਦੀ ਹੈ ਥੋੜੇ-ਮੋਟੇ ਕਿਤੇ ਨਾ ਕਿਤੇ ਹੋ ਜਾਂਦੀਆਂ ਲੇਕਿਨ ਅੱਛਾ ਕੰਮ ਤਰੀਕੇ ਨਾਲ ਕਰ ਰਹੇ ਨੇ ਸਾਡੇ ਇਹਦੇ ਵਿੱਚ ਲੋਕਾਂ ਨੂੰ ਸਾਨੂੰ ਪੋਜ਼ਿਟਿਵ ਹੰਗਾਰਾ ਮਿਲਿਆ ਹੈ ਮੈਨੂੰ ਇਸ ਪੂਰੀ ਆਸ ਹੈ ਕਿ ਲੋਕਾਂ ਦਾ ਮਨ ਬਣਾਈ ਬੈਠੇ ਹੈ ਸੁਣਦੇ ਨੇ ਤੁਹਾਡੀ ਗ ਮਿਲੇ ਵੀ ਹੋਵੋਗੇ ਆਪਣੇ ਕੰਮਾਂ ਨੂੰ ਹਲਕੇ ਦੇ ਕੰਮਾਂ ਨੂੰ ਲੈ ਕੇ ਕਿੰਨੀ ਸੁਨਵਾਈ ਕਰਦੇ ਨੇ ਜਿੰਨੀ ਦਿਖਾ ਰਹੇ ਨੇ ਓਨੀ ਹੈਗੀ ਐ ਕਿ ਮੈਂ ਵਰਕਰਾਂ ਨਾਲ ਪੁਰਾਣੇ ਲੀਡਰਾਂ ਨਾਲ ਟਕਸਾਲੀ ਲੀਡਰਾਂ ਨਾਲ ਪੂਰਾ ਨਾਲ ਲੈ ਕੇ ਚੱਲੂਗਾ ਨਾਲ ਲੈ ਕੇ ਚੱਲਦੇ ਪੈਨੇ ਚੰਨੀ ਦੇਖੋ ਚੰਨੀ ਉਹਨਾਂ ਨੇ ਸੀਐਮ ਮਾਨ ਤੋਂ ਪਹਿਲਾਂ ਵੀ ਤੇ ਸੀਐਮ ਮਾਨ ਤੋਂ ਬਾਅਦ ਵੀ ਇਹਨਾਂ ਨੇ ਪੂਰਾ ਮੇਰਾ ਰਿਗਾਰਡ ਕੀਤਾ ਕਿਉਂਕਿ ਚੰਨੀ ਉਹਨਾਂ ਨੂੰ ਮੈਂ ਹੀ ਲੈ ਕੇ ਕੰਗ ਸ਼ਾਮਲ ਕਰਾਇਆ ਸੀ ਤੇ ਇਹ ਆਜ਼ਾਦ ਉਮੀਦਵਾਰ ਐਮਐਲਏ ਬਣੇ ਸੀਗੇ ਮੈਂ 소ਨੀਆ ਜੀ ਕੋਲੇ ਲਾ ਕੇ ਇਹਨਾਂ ਨੂੰ ਪਾਰਟੀ ਸ਼ਾਮਲ ਕਰਾ ਕੇ ਨੇ ਟਿਕਟ ਦੀ ਅਨਾਉਂਸ ਕਰਾਈ ਸੀ ਔਰ ਇਹਨਾਂ ਦਾ ਪਹਿਲੇ ਦਿਨ ਜਦੋਂ ਮੜਨੇ ਮਿਨਿਸਟਰ ਮੈਨੂੰ ਫੋਨ ਆਇਆ ਸੀ ਕਿ ਮੈਂ ਤਾਂ ਉੱਥੇ ਚੱਕੂਗਾ ਜੇ ਤੁਸੀਂ ਮੈਨੂੰ ਆਪਣੀ ਗੱਡੀ 'ਚ ਬਿਠਾ ਕੇ ਜਾਓਗੇ ਸੋ ਹੀ ਇਜ਼ ਸੋ ਗ੍ਰੇਟ ਅੱਛਾ ਇਨਸਾਨ ਜੀ ਨੇ ਗੁਣ ਕੀਤਾ ਆ ਜਿਹੜਾ ਮੇਰਾ ਕਾਲਜ ਮੈਂ ਕਹੇ ਤੇ ਮੈਂ ਇੰਜੀਨੀਅਰ ਕਾਲਜ ਲਾਇਆ ਟੀਨਸੇ ਦੇ ਰਾਤ ਨੂੰ ਕਾਲਜ ਬੰਦ ਹੋ ਗਿਆ ਉਹਦਾ ਨਾਂ ਸਿਰਫ ਮੇਰੇ ਪਿਤਾ ਅਕਦੇਸ਼ ਭਗਤ ਸੀਗੇ ਉਹ ਦੇਸ਼ ਭਗਤ ਦਾ ਨਾਂ ਹੀ ਹੁੰਦਾ ਹੈਗਾ ਬਾਕੀ ਤਾਂ ਕਾਲਜ ਸਰਕਾਰੀ ਸੀਗਾ ਉਹ ਇਹਨਾਂ ਨੇ ਤਸਵ ਵਿੱਚੋਂ ਕਾਲਜ ਦੇ ਵਿੱਚ ਸਾਰੇ ਪੈਸਾ ਨਹੀਂ ਦਿੱਤਾ ਬੰਦ ਕਰਤਾ ਤੇ ਉਹ ਚੰਨੀ ਜੀ ਨੇ ਆ ਕੇ ਖੁਦ ਕੇ ਮੈਂ ਅਸੀਂ ਮੈਡਮ ਚਾਹੇ ਤੁਹਾਡੇ ਘਰ ਬੈਠ ਕੇ ਮੀਟਿੰਗ ਕਰ ਲਈਏ ਅਸੀਂ ਕਿ ਦੇਸ਼ ਭਗਤ ਦੇ ਨਾਂ ਦਾ ਕਾਲਜ ਬੰਦ ਨਹੀਂ ਹੋਣ ਦੇਣਾ ਤੇ ਇਹਨਾਂ ਨੇ ਇੰਨੀ ਮੇਰੀ ਮਾਨ ਸਨਮਾਨ ਜਦੋਂ ਵੀ ਕਿਤੇ ਕਹੋ ਟੈਲੀਫੋਨ ਕਰੋ ਤਾਂ ਚਾਹੇ ਮੈਨੂੰ ਪਤਾ ਹੈ ਕਿ ਨਾਓ ਦਿਸ ਇਜ਼ ਟਾਈਮ ਇਜ਼ ਵੈਰੀ ਸ਼ਾਰਟ ਔਰ ਇਹ ਟੂ ਮੱਚ ਬਿਜ਼ੀ ਨੇ ਅਨੈਸੈਸਰੀ ਮੈਂ ਕਦੇ ਕਿਸੇ ਨੂੰ ਨਹੀਂ ਬਾਦਰ ਕਰਦੀ ਹੈਗੀ ਲੇਕਿਨ ਕਦੇ ਵੀ ਕੋਈ ਸਨੇਹਾ ਕੋਈ ਗੱਲ ਆਈਏ ਤਾਂ ਵਿਚਾਰੇ ਨੇ ਸੁਣ ਕੇ ਫਟਾਫਟ ਡਿਓਟੀਆਂ ਲਾ ਕੇ ਉਹ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਦੇ ਮੇਰਾ ਬੜਾ ਸਨਮਾਨ ਕਾਂਗਰਸ ਇਸ ਵਕਤ ਸਹੀ ਰਾਹ ਤੇ ਚੱਲਦੀ ਪਈ ਹੈ ਦੇਖੋ ਕਾਂਗਰਸ ਸਹੀ ਰਾਹ ਤੇ ਚੱਲਦੀ ਹੈ ਇਹ ਦਾ ਤੁਸੀਂ ਕੀ ਹੈ ਨਾ ਹੋਏ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਤਾਂ ਪੂਰਾ ਮੋਰਚਾ ਹੀ ਖੋਲਿਆ ਆਇਆ ਪਿਆ ਕਿ ਪਾਰਟੀ ਨੂੰ ਬਹੁਤ ਵੱਡਾ ਡੈਂਟ ਹੋ ਰਿਹਾ ਹੈ ਮੈਂ ਇਹੀ ਦੱਸਦੀਆਂ ਕਿ ਪਹਿਲੀ ਵਾਰ ਸਾਡੀ ਕਾਂਗਰਸ ਪਾਰਟੀ ਵਿੱਚ ਦੋਨੋਂ ਤਰ੍ਹਾਂ ਦੇ ਪ੍ਰੈਕਟੀਕਲ ਗਰਾਊਂਡ ਤੇ ਕੰਮ ਕਰਨ ਵਾਲੇ ਤੇ ਇੱਕ ਹੋਰ ਜਿਹੜੇ ਹੈਗੇ ਨੇ ਆਪਾਂ ਸਮਝਦੇ ਹਾਂ ਕਿ ਸਾਡੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹ ਵੀ ਨੌਜਵਾਨ ਹੈ ਉਹ ਵੀ ਕਾਂਗਰਸੀ ਪਰਿਵਾਰ ਚੋਂ ਆਏ ਹੋਏ ਹੈਗੇ ਆ ਉਹ ਕਿਉਂਕਿ ਰੈਸਪਲੀ ਚਾਹੁੰਦੇ ਨੇ ਕਿ ਸੀ ਉਸ ਤੋਂ ਵੀ ਜ਼ਿਆਦਾ ਵੱਡੇ ਹੋਰ ਕੰਮ ਕਰੀਏ ਤੇ ਇੱਕ ਇਹ ਕਰ ਰਿਹਾ ਹੈ ਗਰਾਊਂਡ ਤੇ ਇੱਕ ਉਹ ਦੱਸ ਰਹੇ ਨੇ ਇਹ ਮਿਲ ਕੇ ਦੋਨੋਂ ਕਰ ਰਹੇ ਨੇ ਤੇ ਉਹ ਰਸਤਾ ਜਿਵੇਂ ਕਹਿੰਦੇ ਵੀ ਆਹ ਰਸਤਾ ਦਿਖਾ ਕੇ ਇੱਥੇ ਵੀ ਕਰ ਲਈਏ ਪ੍ਰੈਕਟੀਕਲ ਤੌਰ ਤੇ ਜਿਹੜੀ ਲਾਈਫ ਚੋਂ ਚੰਨੀ ਜਿ ਉੱਠ ਕੇ ਆਏ ਨੇ ਕਹਿੰਦੇ ਵੀ ਆਹ ਰਸਤੇ ਵੀ ਅਸੀਂ ਕਰਨੇ ਆ ਸਾਨੂੰ ਇਹੀ ਪ੍ਰੋਬਲਮ ਆ ਰਹੀ ਹੈ ਕਿ ਟਾਈਮ ਥੋੜਾ ਹੋਣ ਕਰਕੇ ਤੇ ਮਸਲੇ ਤੇ ਜ਼ਿੰਮੇਵਾਰੀਆਂ ਜ਼ਿਆਦਾ ਹੋਣ ਕਰਕੇ ਆ ਸਾਨੂੰ ਦਿਨ ਤੇ ਰਾਤ ਤੇ ਕਰਨਾ ਪੈ ਰਿਹਾ ਹੈ ਲੇਕਿਨ ਇਹਦਾ ਫੈਸਲਾ ਕੱਲੀ ਮੈਂ ਨਹੀਂ ਕਿ ਮੈਂ ਕਹਾ ਜੀ ਹਾਂ ਵਧੀਆ ਹੁੰਦਾ ਜਨਤਾ ਇਸ ਦਾ ਫੈਸਲਾ ਕਰ ਰਹੀ ਹੈ ਲੋਕ ਐਸ ਵੇਲੇ ਸਮਝਦੇ ਨੇ ਕਿ ਇੱਥੇ ਸਾਰੀਆਂ ਪਾਰਟੀਆਂ ਜਿਹੜੀ ਸਾਡੀਆਂ ਵਿਰੋਧੀ ਹੈ ਉਹ ਅੱਜ ਨੇੜੇ ਤੇੜੇ ਵੀ ਨਹੀਂ ਚਾਹੇ ਉਹ ਕਾਲੀ ਦਲ ਹੈ ਕੇਜਰੀਵਾਲ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਨਕਲੀ ਕੇਜਰੀਵਾਲ ਪੰਜਾਬ ਚ ਘੁੰਮ ਰਿਹਾ ਕਿ ਚਰਨ ਤੇ ਸੱਚਾ ਕਹਿ ਰਹੇ ਹਾਂ ਜਿਹੜਾ ਆ ਰਿਹਾ ਪੰਜਾਬ ਚ ਕੇਜਰੀਵਾਲ ਦਿੱਲੀ ਤੋਂ ਡਕਲੀ ਹੋਈ ਹੈ ਅਸਲੀ ਕੇਜਰੀਵਾਲ ਤਾਂ ਉਹ ਸੀ ਜਦੋਂ ਉੱਥੇ ਅੰਨਾ ਹਜਾਰੇ ਦੇ ਕੋਲੇ ਬੈਠ ਕੇ ਜੀ ਨੇ ਸੌਂ ਖਾਧੀ ਸੀ ਕਿ ਮੈਂ ਮੈਂ ਸਿਆਸਤ ਵਿੱਚ ਨਹੀਂ ਆਉਂਗਾ ਮੈਂ ਜੀ ਉਹ ਨਾ ਗੱਡੀਆਂ ਦੀ ਤਾਂ ਗੱਲ ਬਾਅਦ ਚ ਹੀ ਹੁੰਦੀ ਸਿਆਸਤ ਵਿੱਚ ਨਹੀਂ ਆਉਂਗਾ ਲੋਕ ਸੇ ਬਣਾ ਕੇ ਅਸੀਂ ਆਪਣਾ ਲੋਕਪਾਲ ਸਾਰਾ ਲੋਕਾਂ ਦੀ ਮਦਦ ਕਰਾਂਗੇ ਆ ਕਰਾਂਗੇ ਉਹ ਸੀ ਅਸਲੀ ਕੇਜਰੀਵਾਲ ਅੰਨਾ ਹਜਾਰੇ ਜੀ ਨੇ ਪਿੱਠੇ ਮਰੋੜੀ ਨਹੀਂ ਤੇ ਇਹ ਕੇਜਰੀਵਾਲ ਜੀ ਬਦਲ ਕੇ ਹੁਣ ਨਕਲੀ ਕੇਜਰੀਵਾਲ ਬਣ ਗਏ ਹੈ ਇਹ ਸਰਕਾਰ ਚ ਵੀ ਆ ਗਈ ਹੈ ਇਹਨਾਂ ਨੇ ਲੋਕਪਾਲ ਬਿਨੀ ਬਣਾਇਆ ਇਹਨਾਂ ਨੇ ਕਹਿੰਦੇ ਸੀ ਗੱਡੀਆਂ ਨਹੀਂ ਲੈਣੀਆਂ ਗੱਡੀਆਂ ਵੀ ਲੈ ਲੀਆਂ ਕਾਰਾਂ ਵੀ ਲੈ ਲੀਆਂ ਸਿਕਿਉਰਿਟੀ ਵੀ ਲੈ ਲਈ ਜਹਾਜ਼ਾਂ ਦਾ ਵੀ ਸਫ਼ਰ ਕਰਨ ਲੱਗੇ ਤੇ ਉੱਥੇ ਦਿੱਲੀ ਦਿੱਲੀ ਵਿੱਚ ਇਹਨਾਂ ਦਾ ਕੰਮ ਹੁਣ ਲੱਗਦਾ ਹੈ ਕਿ ਉੱਥੇ ਉਹਨਾਂ ਦੇ ਫੰਗ ਕੱਟੇ-ਕੱਟੇ ਰਹਿੰਦੇ ਆ ਹਾਲਾਂਕਿ ਸਾਡੇ ਚੀਫ ਮਿਨਿਸਟਰ ਨੇ ਬਹੁਤ ਨੇ ਕੰਮ ਕੀਤਾ ਹੈ ਬੀਜੇਪੀ ਦੀ ਉਹਨਾਂ ਨੇ ਸਾਡੀ ਵਰਗੀ ਵਿਚਾਰੀ ਉਹਨੇ ਹੁੰਦੀ ਸੀ ਚੀਫ ਮਿਨਿਸਟਰ ਹੈ ਸਾਡੀ ਉੱਥੇ ਸੁਰਾਜਪਾਲ ਉਹਨੇ ਕੰਮ ਕੀਤਾ ਸੁਸ਼ਮਾ ਸਵਰਾਜ ਸਾਡੀ ਵੀ ਹੈਗੀ ਆਪਣੇ ਸ਼ੀਲਾ ਡਿਕਸ਼ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਤੇ ਇਹਨਾਂ ਨੇ ਕਿਹਾ ਜੀ ਮੈਂ ਕੰਮ ਮੈਨੂੰ ਕਰਨ ਨਹੀਂ ਦਿੰਦੇ ਤੇ ਹੁਣ ਇਹਨਾਂ ਨਿਗਾਹ ਪੰਜਾਬ ਤੇ ਆ ਹੁਣ ਇਹ ਪੰਜਾਬ ਨੂੰ ਆ ਕੇ ਇੱਕ ਸਿਰਫ ਝੂਠੇ ਇਲਾਨ ਕਰਦੇ ਆ ਦਿੱਲੀ 'ਚ ਤਾਂ ਪੂਰੇ ਨਹੀਂ ਹੋਏ ਇਹਨਾਂ ਤੋਂ ਤੇ ਇੱਥੇ ਕਰਾਂਗੇ ਕਦੋਂ ਕਰੋਗੇ ਜਦੋਂ ਆਉਂਗੇ ਤੁਹਾਡੇ ਐਮਐਲਏ ਤਾਂ ਭੱਜੀ ਜਾ ਰਹੇ ਆ ਤੁਹਾਡੇ ਕੋਲੇ ਨਹੀਂ ਰਹਿੰਦੇ ਜੇ ਤੁਹਾਡੇ ਤੇ ਲੋਕ ਤਾਂ ਹੀ ਵਿਸ਼ਵਾਸ ਕਰਨ ਜਿੱਤ ਪਹਿਲਾਂ ਤੁਹਾਡੇ ਆਪਣੇ ਐਮਐਲਏ 'ਨ ਤੁਹਾਡੇ ਤੇ ਵਿਸ਼ਵਾਸ ਹੋਵੇ ਹਰ ਰੋਜ਼ ਕੋਈ ਐਮਐਲਏ ਭੱਜਦਾ ਹੈ ਔਰ ਇਹ ਕਹਿੰਦੇ ਆ ਕੇਜਰੀਬਾਲ ਜੀ ਮੈਂ ਇਸ ਚੀਜ਼ ਦੀ ਗਾਰੰਟੀ ਦਿੰਦਾ ਹੂੰ ਗਾਰੰਟੀ ਤਾਂ ਮੋਦੀ ਨੇ ਬਹੁਤ ਦਿੱਤੀ ਸੀ ਮੈਂ ਮੋਦੀ ਤੇ ਕੇਜਰੀਵਾਲ ਜੀ ਨੇ ਵੱਡੇ ਛੋਟੇ ਭਾਈ ਸਮਝਦਿਆਂ ਮੋਦੀ ਨੇ ਕਹਿਆ ਸੀ 15 ਲੱਖ ਜੇ ਵਿੱਚ ਪਾਊਗਾ ਮੋਦੀ ਨੇ ਕਹਿਆ ਸੀ 2 ਕਰੋੜ ਬੱਚਾ ਨੂੰ ਮੈਂ ਨੌਕਰੀ ਦੇਊਗਾ ਮੋਦੀ ਨੇ ਕਹਿਆ ਸੀ ਮੈਂ ਕਾਲਾ ਤਨ ਵਾਪਸ ਲੈ ਕੇ ਆਊਗਾ ਤੇ ਐਵੇਂ ਜਿਵੇਂ ਇਹ ਇਥੇ ਗਰੰਟੀਆਂ ਦਿੰਦੇ ਆ ਮੈਂ ਤਾਂ ਇਹ ਕਹੇ ਵੀ ਇੱਕੋ ਹੀ ਗਰੰਟੀ ਦੇ ਦਿਓ ਕੇਜਰੀਵਾਲ ਜੀ ਕਿ ਤੁਹਾਡਾ ਹੋਰ ਐਮਐਲ ਨਹੀਂ ਭਜੂਗਾ ਕੋਈ ਤੇ ਮੈਂ ਇੱਕ ਆਖਰੀ ਸਵਾਲ ਕੀ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਨੇ ਅੱਜ ਚੰਨੀ ਦਾ ਘਾਰ ਘੇਰਿਆ ਉਹਨਾਂ ਨੇ ਕਿਹਾ ਕਿ ਡਰੱਗ ਮਾਮਲੇ ਦੇ ਵਿੱਚ ਜਾਣ ਕੇ ਜਿਹੜਾਗਾ ਉਹ ਮਜੀਠੀਆ ਨੂੰ ਅੰਦਰ ਕਰਨ ਦੀ ਜਿਹੜੀ ਹੈ ਉਹ ਵੰਡੇਟਾ ਕੀਤਾ ਜਾ ਰਿਹਾ ਦੇਖੋ ਜਦੋਂ ਪੋਲਿਟਿਕਸ ਦੇ ਵਿੱਚ ਇਲਜ਼ਾਮਬਾਜ਼ੀ ਸ਼ੱਕਬਾਜ਼ੀ ਇਹ ਇੱਕ ਕਾਫੀ ਨੈਚੁਰਲ ਬਣ ਗਈ ਜਿਹੜੀ ਪਹਿਲਾਂ ਨਹੀਂ ਨਹੀਂ ਸੀ ਹੁੰਦੀ ਹੈਗੀ ਇਹ ਹੁਣ ਜਿਆਦਾ ਟੂ ਮਾਚ ਹੋਣ ਲੱਗ ਗਈ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਮਾੜੇ ਕਈ ਵਾਰੀ ਤਾਂ ਹੁੰਦਾ ਨਾ ਵੀ ਅੰਦਰ ਗਲਤੀ ਹੋਈ ਹੈ ਤੇ ਉਹ ਬੋਲ ਪੈਂਦੀ ਹੈ ਗਲਤੀ ਅੰਦਰੋਂ ਬੋਲ ਪੈਂਦੀ ਹੈ ਤੇ ਜੇ ਤੁਹਾਨੂੰ ਅੰਦਰ ਕਰਨ ਦਾ ਤੁਹਾਨੂੰ ਕਿੱਥੋਂ ਸ਼ੱਕ ਪੈ ਗਿਆ ਜੇ ਤੁਸੀਂ ਗ੍ਰਾਹਕ ਹੋ ਜਿਹੜਾ ਬੰਦਾ ਉਹੀ ਅੰਦਰ ਜਾਊਗਾ ਦੂਜਾ ਕਿਵੇਂ ਵਗ ਜੂਗਾ ਅੰਦਰ ਇਸ ਕਰਕੇ ਜਿਹੜੀਆਂ ਇਲਜ਼ਾਮ ਬਾਜ਼ੀਆਂ ਲਾ ਕੇ ਇਹਦਾ ਪੋਲੀਟੀਕਲ ਲੋਕਾਂ ਦੀ ਸਹਿਮਤੀ ਲੈਣ ਲਈ ਕਈ ਗੱਲਾਂ ਹੋ ਜਾਂਦੀਆਂ ਲੇਕਿਨ ਮੈਂ ਨਹੀਂ ਸਮਝਦੀ ਕਿ ਸਾਡੀ ਪਾਰਟੀ ਦੀ ਸਰਕਾਰ ਕੋਈ ਜੇਕਰ ਹਾਂ ਜਿਹੜੇ ਲੋਕਾਂ ਨੂੰ ਬਾਧੇ ਕੀਤੇ ਨੇ ਅਸੀਂ ਕਿ ਨਸ਼ਿਆਂ ਨੇ ਸਾਡੇ ਨੌਜਵਾਨੀ ਖਾ ਗਏ ਅਸੀਂ ਉਹ ਨਸ਼ਿਆਂ ਦੀ ਜੜ ਤੱਕ ਜਰੂਰ ਜਾਵਾਂਗੇ ਸਾਡਾ ਫਰਜ਼ ਹੈ ਉੱਥੇ ਜਾਣਾ ਹੈ ਉਹਦੇ ਚ ਕੌਣ ਹੈਗਾ ਏ ਬੀ ਸੀ ਡੀ ਹੈ ਉਹ ਉਪਰੂਪ ਕਰੂਗਾ ਜੇ ਨਹੀਂ ਹੋ ਜਿਹੜਾ ਵੀ ਹੋਊਗਾ ਮੈਂ ਨਹੀਂ ਕਹਿੰਦੀ ਮੈਂ ਨਾ ਕਿਸੇ ਦਾ ਨਾਮ ਲੈਂਨੀ ਆ ਜਿਹੜਾ ਵੀ ਕੋਈ ਸੱਚਾ ਹੋਊਗਾ ਉਹ ਫੜਿਆ ਜਾਊਗਾ ਜਿਹੜਾ ਕੋਈ ਡਕਲੀ ਹੋਊਗਾ ਉਹਦੇ ਹੀ ਫੜੇ ਜਾਊਗਾ। ਨਬ ਹੁਣ ਤੁਸੀਂ ਦੇਖੋ 2022 ਦੇ ਵਿੱਚ ਐਮਐਲਏ ਬੰਦੇ ਸਰਕਾਰ ਆਂਦੀ ਹੈ ਤੇ ਇਸ ਵਾਰ ਉਹ ਕੰਮ ਪੂਰੇ ਕਰਦੋਗੇ ਜਿਹੜੇ ਤੁਹਾਨੂੰ ਇੱਕ ਮਾਇੂਸੀ ਵੀ ਹੈ ਕਿ ਮੈਂ ਕੰਮ ਨਹੀਂ ਕਰ ਪਾਈ ਮੇਰੇ ਕੋ ਪਾਵਰ ਨਹੀਂ ਸੀਗੀ। ਨਹੀਂ ਮੈਨੂੰ ਮਾਇੂਸੀ ਨਹੀਂ ਹੈ ਮੈਨੂੰ ਇਹ ਪ੍ਰਾਊਡ ਹੈ ਕਿ ਮੈਂ ਉਹ ਕੰਮ ਕਰ ਪਾਈਆਂ ਜਿਹੜਾ ਕੋਈ ਕਿਸੇ ਵਕਤ ਦਾ 5 ਸਾਲ ਰਿਹਾ ਮੁੱਖ ਮੰਤਰੀ ਨਹੀਂ ਕਰ ਪਾਇਆ। ਮੈਂ ਉਹ ਕੰਮ ਕਰ ਪਾਈਆਂ ਉਹ ਸਾਲ ਕਿਹਚ ਜਿਹੜਾ 10-10 ਸਾਲ ਲਗਾਤਾਰ ਰਹਿਣ ਵਾਲਾ ਮਨਿਸਟਰ ਨਹੀਂ ਕਰ ਪਾਇਆ। ਇੱਕ ਇੱਕ ਟਰਮ ਜਮ ਪੂਰੇ ਕੀਤੇ ਆ। ਲੇਕਿਨ ਮੇਰੀਆਂ ਜਿਹੜੀਆਂ ਹੈਗੇ ਸੋਚਾਂ ਜੇ ਬਹੁਤ ਹੋਰ ਸੀਆਂ ਜਿਵੇਂ ਮੈਂ ਸੋਚਿਆ ਕਿ ਮੈਂ ਇਸ ਹਾਲ ਕੀ ਹਰਿਆਣੇ ਦੇ ਬਾਰਡਰ ਤੇ ਬਸਦਾ ਇੱਥੇ ਸੀ ਚਾਹੁੰਦੇ ਸੀ ਕਿ ਛੋਟੇ ਸਾਡੀ ਜ਼ਮੀਨਾਂ ਬਹੁਤ ਅਧੂਰੇ ਸੁਪਨੇ ਸੀ ਉਹ ਹੁਣ 2022 ਚ ਪੂਰੇ ਉਹ ਮੈਂ ਪੂਰੇ ਕਰਨੇ ਚਾਹੁੰਨੀ ਆ ਜੇ ਸਰਕਾਰ ਸਾਡੀ ਗੁਣ ਪਾਰਟੀ ਲੱਗਦਾ ਜੋ ਲੋਕਾਂ ਨੇ ਬਣਾਈ ਹੈ ਜਿਵੇਂ ਪਹਿਲਾਂ ਮੈਂ ਕਿਹਾ ਕਿ ਜਿਹੜੇ ਬੰਦੇ ਗਲਤ ਨੇ ਉਹ ਤਫੜੇ ਜਾਣਗੇ ਜਿਹੜੇ ਸਹੀ ਨੇ ਉਹਨਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਤੇ ਐਵੇਂ ਜਿਵੇਂ ਜਿਹੜੇ ਸੀ ਵਾਅਦੇ ਕੀਤੇ ਹੀ ਨਹੀਂ ਸੀ ਵਾਅਦਾ ਨਹੀਂ ਕਰ ਰਹੇ ਅਸੀਂ ਤਾਂ ਲਾਗੂ ਕਰ ਰਹੇ ਹਾਂ ਤੇ ਉਹ ਉਹ ਵਾਦੇ ਕਰ ਰਹੇ ਨੇ ਬਾਕੀ ਦੀਆਂ ਪਾਰਟੀਆਂ ਸਾਡੀ ਸਰਕਾਰ ਬਣੋਂਗੀ ਤੇ ਮੇਰਾ ਵੀ ਮੰਨਣਾ ਹੈ ਕਿ ਜਿਹੜਾ ਲਹਿਰਾਗਾਗਾ ਹਲਕਾ ਹੈ ਇਹਨੂੰ 117 ਦੇ ਵਿੱਚੋਂ ਮੈਂ ਨੰਬਰ 1 ਹਲਕਾ ਲੈ ਆ ਕੇ ਦਿਖਾ ਦਿਆਂ ਫਿਰ ਮੈਂ ਸਮਝਦੀਆਂ ਕਿ ਮੇਰੀ ਕੁਛ ਨਾ ਕੁਛ ਦੇਣ ਹੋ ਗਈ ਇੱਥੇ ਇਹ ਸੀਗੇ ਪੁਰਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਜਿਨ੍ਹਾਂ ਨੇ ਕਿਹਾ ਕਿ ਮੈਨੂੰ ਜਿੰਨਾ ਸਮਾਂ ਮਿਲਿਆ ਸੀਗਾ ਮੈਂ ਉਹਦੇ ਵਿੱਚ ਕਾਫੀ ਵਿਕਾਸ ਕੀਤਾ ਲੇਕਿਨ ਮੇਰੇ ਸੁਪਨੇ ਹੋਰ ਵੀ ਜ਼ਿਆਦਾ ਨੇ 2022 ਦੇ ਵਿੱਚ ਅਗਰ ਲੋਕਾਂ ਨੇ ਇੱਕ ਵਾਰ ਦੁਬਾਰਾ ਫਤਵਾ ਦਿੱਤਾ ਤਾਂ ਜ਼ਰੂਰ ਉਹ ਸੁਪਨੇ ਵੀ ਪੂਰੇ ਕਰਾਂਗੇ ਕੈਮਰਾ ਨੂੰ ਗੁਰਵਿੰਦਰ ਦੇ ਨਾਲ ਤਪੇਨ ਮਲੋਤਰਾ ਦਾ ਸਮਰਨ ਲੀ